ਪਰ ਨਸ਼ਾ ਕਹਿੰਦੇ ਨਾ ਜਿਵੇਂ ਇੱਕ ਆਪਾਂ ਨੂੰ ਵੇਖਣ ਦੀ ਲੋੜ ਹੀ ਨਹੀਂ ਪੈਂਦੀ ਨਸ਼ਾ ਕਰਨ ਦੀ, ਜਿਹੜੇ ਕਹਿੰਦੇ ਅਸੀਂ ਕਰਕੇ ਵੇਖਣਾ। ਸੁਣ ਲਓ ਨੌਜਵਾਨ, ਤੁਹਾਨੂੰ ਨਸ਼ਾ ਕਰਨ ਦੀ ਲੋੜ ਨਹੀਂ ਗੀ, ਤੁਸੀਂ ਆਂਢ ਗੁਆਂਢ ਵੇਖੋ ਜਾਂ ਤੁਹਾਡੇ ਆਂਢ ਗੁਆਂਢ ਦੇ ਪਿੰਡ ਦੇ ਵਿੱਚ ਵੇਖੋ, ਜਿਹਨੇ ਨਸ਼ਾ ਕੀਤਾ ਉਹਦੀ ਜ਼ਿੰਦਗੀ ਵੇਖ ਲਿਆ ਜੇ, ਅਤੇ ਉਹ ਜ਼ਿੰਦਗੀ ਉਹਦੀ ਵੇਖ ਕੇ ਜੇ ਤੁਹਾਡਾ ਨਸ਼ਾ ਕਰਨ ਨੂੰ ਜੀ ਕਰੇ ਤਾਂ ਫਿਰ ਮੈਨੂੰ ਦੱਸਦੇ ਨੇ। ਮੇਰੀ ਜਿਹੜੀ ਮਾਂ ਉਹ ਵੀ ਦਿਹਾੜੀ ਕਰਦੀ ਹੈ, ਮੇਰਾ ਜਿਹੜਾ ਬਾਪ ਉਹ ਵੀ ਦਿਹਾੜੀ ਕਰਦਾ, ਅਸੀਂ ਵੀ ਦਿਹਾੜੀ ਕਰਦੇ ਹਾਂ, ਭੈਣਾਂ ਮੇਰੀਆਂ ਪੜ੍ਹਦੀਆਂ, ਪਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਮੇਰੀਆਂ ਭੈਣਾਂ ਦਿਹਾੜੀ ਨਾ ਜਾਣ ਤਾਂ ਮੈਂ ਕੋਸ਼ਿਸ਼ ਤੈਅ ਕਰਦਾ ਹੁੰਦਾ, ਪਰ ਕੀ ਕਰੀਏ ਮਜਬੂਰੀਆਂ। ਮੇਰਾ ਐਮ ਐਲ ਏ ਬਣ ਕੇ ਮੈਂ ਕੁਛ ਨਹੀਂ ਕਰ ਸਕਦਾ, ਅਤੇ ਮੈਂ ਇਹ ਬੋਲ ਕੇ ਵੀ ਐਂ ਕੁਛ ਨਹੀਂ ਕਰ ਸਕਦਾ। ਜਿਹੜਾ MLA ਆ ਤਾਂ ਸਿਰਫ ਇੱਕ ਨਾ ਜਿਵੇਂ ਕਹਿ ਲਓ ਇੱਕ ਥੋੜ੍ਹਾ ਜਿਹਾ ਜਿਵੇਂ ਲੋਕਾਂ ਨੇ ਕੰਮ ਕਰਾ ਸਕਦਾ, ਅਤੇ ਉਹ ਮੈਂ ਕਿਉਂ ਉੱਠਿਆ ਸੀ, ਮੈਂ ਲੋਕਾਂ ਨੂੰ ਦੱਸਿਆ ਸੀ ਪਿੰਡਾਂ 'ਚ ਜਾ ਕੇ ਵੀ ਤੁਹਾਨੂੰ ਆਹ ਚੀਜ਼ਾਂ ਚਾਹੀਦੀਆਂ, ਆਹ ਚੀਜ਼ਾਂ ਨਹੀਂ ਚਾਹੀਦੀਆਂ। ਇੱਕੋ ਇੱਕ ਪੋਸਟ ਆ, ਤੁਸੀਂ DC ਬਣ ਤੋਂ ਕਿਸੇ ਨੂੰ ਰੋਕ ਨਹੀਂ ਸਕਦੇ, SSP ਬਣ ਤੋਂ ਕਿਸੇ ਨੂੰ ਰੋਕ ਨਹੀਂ ਸਕਦੇ, ਚਾਹੇ ਉਹਨੇ ਜੱਜ ਬਣਨਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ, ਜੇ ਕੋਈ ਮੰਤਰੀ ਬਣਨਾ ਚਾਹੁੰਦਾ ਤੁਸੀਂ ਉਹਨੂੰ ਰੋਕ ਸਕਦੇ ਆ, ਤੁਸੀਂ ਰੋਕ ਸਕਦੇ ਜੇ ਬੰਦਾ ਉਹ ਗਲਤ ਆ। ਹੁਣ ਜਦੋਂ ਮੈਂ MLA ਲੜਿਆ ਸੀ, ਕਈ ਮੈਨੂੰ ਇੱਥੋਂ ਕਈ ਪਿੰਡ 'ਚੋਂ ਨਹੀਂ ਹਟਦੇ ਮੇਰੇ, ਇਹਨੂੰ ਨਾ ਸੁਖਬੀਰ ਬਾਦਲ ਨੇ ਉਠਾਇਆ, ਅੱਛਾ, ਤੇ ਮੇਰੀ ਤੁਸੀਂ ਉਹ ਸਪੀਚਾਂ ਚੱਕ ਕੇ ਲਾਓ ਚੈਨਲ 'ਤੇ, ਕੋਈ ਕਹਿੰਦਾ ਇਹਨੂੰ ਯਾਰ ਝਾੜੂ ਨੇ ਉਠਾਇਆ ਮਨ ਨੂੰ, ਅਕਾਲੀ ਵਾਲੇ ਕਹਿੰਦੇ, ਅਤੇ ਮੈਂ ਕਿਹਾ ਮੈਂ ਝਾੜੂ ਦੇ ਖਿਲਾਫ ਹੀ ਬੋਲੀ ਹਨ, ਇਹਨੂੰ ਫਿਰ BJP ਨੇ ਉਠਾਇਆ, ਮੈਂ ਕਿਹਾ ਮੈਂ BJP ਦੇ ਖਿਲਾਫ ਹੀ ਬੋਲੀ ਜਾਂਦਾ, ਕਹਿੰਦੇ ਨੇ ਕਾਂਗਰਸ ਨੇ ਉਠਾਇਆ, ਅਤੇ ਕਾਂਗਰਸ ਦੇ ਤਾਂ ਮੈਂ ਪਹਿਲੇ ਤੋਂ ਬੋਲੀ ਜਾਂਦਾ। ਰੈੱਡ ਬਾਕਸ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਗੁਰਜੀਤ ਸਿੰਘ ਔਲਖ। ਦੋਸਤੋ, ਹਮੇਸ਼ਾ ਨਵੇਂ ਚਿਹਰੇ ਤੁਹਾਡੇ ਤੱਕ ਲੈ ਕੇ ਆਉਣੇ ਹੁੰਦੇ ਆ, ਪਰ ਅੱਜ ਇੱਕ ਖਾਸ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੁਹਾਡੀ। ਇਹ ਖਾਸ ਮੁਲਾਕਾਤ ਇਹ ਹੈ ਕਿ ਇੱਕ ਚੜ੍ਹਦੀ ਉਮਰ ਦਾ, ਜਿਹਨੂੰ ਮੁੱਛ ਫੁੱਟ ਗੱਭਰੂ ਕਹਿ ਲਓ, ਇਹ ਉਮਰ ਦੇ ਵਿੱਚ ਜਵਾਕ ਜਾਂ ਤਾਂ ਕੋਈ ਆਸ਼ਕੀ 'ਚ ਪਿਆ ਹੁੰਦਾ, ਜਾਂ ਕਿਸੇ ਨੂੰ ਇੰਸਟਾਗ੍ਰਾਮ ਦਾ ਸ਼ੌਂਕ ਹੁੰਦਾ, ਜਾਂ ਕਿਸੇ ਨੂੰ ਹੋਰ ਹੀ ਸ਼ੌਂਕ ਲਾ ਲਓ ਵੀ ਜਾਗ ਗਿਆ ਹੁੰਦਾ, ਪਰ ਅੱਜ ਜਿਸ ਨੌਜਵਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ, ਉਸ ਨੌਜਵਾਨ ਨੂੰ ਸ਼ੌਂਕ ਤਾਂ ਜਾਗਿਆ ਪਰ ਪੁੱਠਾ ਜਿਹਾ ਜਾਗਿਆ, ਇਹ ਜਾਗਿਆ ਕਿ ਮੈਂ ਉਹਨੂੰ ਕਿਤੇ ਸਕੂਲ ਦੇ ਸਵਾਲ ਪੁੱਛ ਲਿਆ, ਕਿਸੇ ਮਾਸਟਰ ਨੇ ਕਹਿੰਦਾ ਵੀ ਕਾਕਾ ਵੀ ਤੂੰ ਬਣਨਾ ਕੀ ਹੈ, ਉਹ ਕਲਾਸ ਦੇ ਵਿੱਚ ਬੈਠਾ ਉਹਦੇ ਨਾਲ ਦੇ ਮੁੰਡੇ ਨੇ ਕਹਿਤਾ ਜੀ ਮੈਂ ਮੁੱਖ ਮੰਤਰੀ ਬਣਨਾ ਜੀ, ਅਤੇ ਜਦੋਂ ਉਹਨੂੰ ਪੁੱਛਿਆ ਕਹਿੰਦਾ ਜੀ ਮੈਂ ਤਾਂ ਮੁੱਖ ਮੰਤਰੀ ਨਹੀਂ ਬਣਨਾ, ਮੈਂ ਉਹ ਬਣਨਾ ਜਿਹਨੇ ਮੁੱਖ ਮੰਤਰੀ ਬਣਾਉਣਾ। ਸੋ ਉਹਦੇ ਨਾਲ ਗੱਲਬਾਤ ਕਰਾਂਗੇ ਕਿ ਸ਼ੁਰੂ ਤੋਂ ਹੀ ਉਹਦੀ ਇਹੋ ਜਿਹੀ ਸੋਚ, ਫਿਰ ਘਰ ਦੇ ਹਾਲਾਤ ਦੇ ਵਿੱਚੋਂ ਇੱਦਾਂ ਨਿਕਲ ਕੇ ਅੱਗੇ ਆਉਣਾ, ਪਰ ਜਦੋਂ ਹਮੇਸ਼ਾ ਆਪਾਂ ਸਿੱਧਾ ਇੱਕ ਤਾਂ ਹੁੰਦਾ ਨਾ ਵੀ ਸਰਕਾਰ ਨੂੰ ਟਾਰਗੇਟ ਕਰਨਾ ਪਰ ਵਾਇਆ ਘੁੰਮ ਕੇ ਜਾਣਾ, ਇੱਕ ਹੁੰਦਾ ਵੀ ਸਿੱਧਾ ਜੇ ਕਹਿਣਾ ਵੀ ਸਿੱਧਾ ਟਾਰਗੇਟ ਕਰਕੇ ਸਰਕਾਰ ਨੂੰ ਕਹਿਣਾ ਵੀ ਜੇ ਸਰਕਾਰ ਜੀ ਤੁਸੀਂ ਗਲਤ ਕੀਤਾ ਤਾਂ ਗਲਤ ਆ, ਪਰ ਉਹ ਬੰਦੇ ਦਾ ਇੰਨਾ ਜਿਗਰਾ ਕਿੱਥੋਂ ਆਇਆ, ਆਖਰ ਉਹ ਬੰਦੇ ਦੇ ਪਿੱਛੇ ਪਾਵਰ ਕੀ ਹੈ, ਕਿ ਜੇ ਪਾਵਰ ਹੈ ਜਾਂ ਉਹਨੂੰ ਕਿਸੇ ਪਾਸੋਂ ਪੈਸਾ ਆਉਂਦਾ ਜੀ, ਇਹ ਤੈਨੂੰ ਪੈਸਾ ਦਿੰਦੇ ਆ ਵੀ ਤੂੰ ਇਸ ਸਰਕਾਰ ਦੇ ਖਿਲਾਫ਼ ਬੋਲਣਾ, ਤੂੰ ਹੁਣ ਇਸ ਸਰਕਾਰ ਦੇ ਖਿਲਾਫ਼ ਬੋਲਣਾ, ਜਾਂ ਉਹਨੂੰ ਪੈਸਾ ਆਉਂਦਾ, ਪਿੱਛੇ ਕਾਰਨ ਕੀ ਹੈ, ਕਿਉਂਕਿ ਜਦੋਂ ਹਮੇਸ਼ਾ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੈ ਤਾਂ ਅਕਸਰ ਇਹੀ ਹੁੰਦਾ ਕਿ ਸ਼ਾਇਦ ਉਹਨੂੰ ਸਰਕਾਰੀ ਪੈਸਾ ਜਾਂ ਸਰਕਾਰੀ ਫੰਡ ਆਉਂਦਾ। ਸਾਡੇ ਨਾਲ ਅੱਜ ਵਿਸ਼ਵਦੀਪ ਜੀ ਹੈ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਫਾਜ਼ਿਲਕੇ ਦੇ ਲਾਗੇ ਇਹਨਾਂ ਦਾ ਪਿੰਡ ਹੈ। ਸੋ ਸਵਾਗਤ ਕਰਦੇ ਵਿਸ਼ਵਦੀਪ, ਪਹਿਲਾਂ ਤਾਂ ਵੀਰ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਬਾਈ ਜੀ ਬਹੁਤ ਬਹੁਤ ਸਵਾਗਤ, ਔਰ ਜਿੰਨੇ ਵੀ ਸੱਜਣ ਇਸ ਚੈਨਲ ਨੂੰ ਵੇਖ ਰਹੇ ਆ ਸਾਰਿਆਂ ਨੇ ਗੁਰੂ ਫਤਿਹ ਸਾਂਝ ਪਾਉਂਦੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਵਦੀਪ, ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀ, ਮੈਂ ਕਿਹਾ ਜਦੋਂ ਮੁੱਛ ਫੁੱਟਦੀ ਹੈ ਕਿਸੇ ਨੌਜਵਾਨ ਨੂੰ, ਹੈ ਨਾ ਜੀ, ਕੋਈ 21-22 ਸਾਲ ਦੀ ਉਮਰ ਦੇ ਵਿੱਚ ਹੁੰਦੀ, ਜਾਂ ਤਾਂ ਕੋਈ ਆਸ਼ਕੀ 'ਚ ਪੈ ਜਾਂਦਾ, ਜਾਂ ਕੋਈ ਇੰਸਟਾਗ੍ਰਾਮ 'ਤੇ ਰੀਲਾਂ ਬਣਾਉਣ ਤੁਰ ਪੈਂਦਾ, ਜਾਂ ਕਿਸੇ ਹੋਰ ਹੀ ਪੁੱਠੇ ਕੰਮ ਨਸ਼ੇ ਵਾਲਾ ਤੁਰ ਪੈਂਦਾ, ਪਰ ਤੁਹਾਨੂੰ ਸ਼ੌਂਕ ਇੱਕ ਜਾਗਿਆ ਪੁੱਠਾ ਜਾ ਵੀ ਮੈਂ MLA ਬਣਨਾ, ਆਖਿਰ ਸ਼ੌਂਕ ਜਾਗਿਆ ਕਿਵੇਂ? ਵੱਡੇ ਭਾਈ ਜੀ ਮੈਂ MLA ਬਣਨਾ, ਚਲੋ ਤੁਸੀਂ ਕਹਿ ਤਾ ਵੀ MLA ਬਣਨਾ, ਪਹਿਲਾਂ ਤੁਹਾਨੂੰ ਤੁਸੀਂ ਤਿੰਨ ਚੀਜ਼ਾਂ ਦੇ ਨਾਂ ਲਿਆ, ਮੈਨੂੰ ਨਾਂ ਦੱਸ ਦਿਓ ਕਿਹੜੇ ਕਿਹੜੇ ਸੀ। ਇੱਕ ਆਸ਼ਕੀ ਦਾ, ਅਤੇ ਇੱਕ ਇੰਸਟਾਗ੍ਰਾਮ 'ਤੇ ਰੀਲਾਂ ਬਣਾਉਣ ਵਾਲਾ, ਰੀਲਾਂ ਬਣਾਉਣ ਦਾ, ਅਤੇ ਦੂਜਾ ਨਸ਼ੇ ਵਾਲਾ, ਤੀਜਾ ਨਸ਼ੇ ਦਾ। ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਆ ਆਸ਼ਕੀ ਦੀ, ਗੱਲ ਕੀਤੀ ਆ ਉਹ ਜਿਹੜੀ ਆਸ਼ਕੀ ਉਹ ਕਰਦਾ ਜਿਹਦੇ ਕੋਲ ਬੇਸ਼ੁਮਾਰ ਪੈਸਾ ਪਿਆ ਹੋਵੇ, ਉਹਨਾਂ ਵਿੱਚੋਂ ਜਿਹਨਾਂ ਕੋਲ ਬੇਸ਼ੁਮਾਰ ਪੈਸਾ ਪਿਆ ਹੋਵੇ ਉਹਨਾਂ ਨੂੰ ਕਈਆਂ ਦੀ ਧੀਆਂ ਭੈਣ ਦੀ ਇੱਜ਼ਤ ਹੁੰਦੀ ਆ, ਉਹ ਚਲੋ ਆਸ਼ਕੀਆਂ 'ਚ ਚਲੋ ਇੱਕ ਥਾਂ 'ਤੇ ਜਾਂ ਹੀਰਾਂ 'ਚ ਸੱਸੀ ਪੁੰਨੂ ਬੜੇ ਬਣੇ ਫਿਰਦੇ ਆ। ਦੂਜੀ ਤੁਸੀਂ ਗੱਲ ਕੀਤੀ ਟਿਕਟੋਕ ਦੀ, ਉਹ ਬੇਫਿਕਰੀ ਹੈ ਨਹੀਂ ਮੇਰੇ ਕੋਲ, ਅੱਛਾ ਮੇਰੇ ਕੋਲ ਫਿਕਰ ਆ ਵੱਡੇ ਬਾਈ। ਤੀਜੀ ਜਿਹੜੀ ਤੁਸੀਂ ਗੱਲ ਕੀਤੀ ਨਸ਼ੇ ਦੀ, ਨਸ਼ਾ ਮੇਰਾ ਵੀ ਜੀ ਕਰਾ ਵੇਖਾਂ ਕੀ ਝੂਲਾ ਮਾਰੀ ਜਾਂਦਾ, ਪਰ ਨਸ਼ਾ ਕਹਿੰਦੇ ਨਾ ਵੀ ਜਿਵੇਂ ਇੱਕ ਆਪਾਂ ਨੂੰ ਵੇਖਣ ਦੀ ਲੋੜ ਹੀ ਨਹੀਂ ਪੈਂਦੀ ਨਸ਼ਾ ਕਰਨ ਦੀ, ਜਿਹੜੇ ਕਹਿੰਦੇ ਅਸੀਂ ਕਰਕੇ ਵੇਖਣਾ। ਸੁਣ ਲਓ ਨੌਜਵਾਨ ਨੂੰ, ਤੁਹਾਨੂੰ ਨਸ਼ਾ ਕਰਨ ਦੀ ਲੋੜ ਨਹੀਂ ਗੀ, ਤੁਸੀਂ ਆਂਢ ਗੁਆਂਢ ਵੇਖੋ ਜਾਂ ਤੁਹਾਡੇ ਆਂਢ ਗੁਆਂਢ ਦੇ ਪਿੰਡ ਦੇ ਵਿੱਚ ਵੇਖੋ, ਜਿਹਨੇ ਨਸ਼ਾ ਕੀਤਾ ਉਹਦੀ ਜ਼ਿੰਦਗੀ ਵੇਖ ਲਿਆ ਜੇ, ਅਤੇ ਉਹ ਜ਼ਿੰਦਗੀ ਉਹਦੀ ਵੇਖ ਕੇ ਜੇ ਤੁਹਾਡਾ ਨਸ਼ਾ ਕਰਨ ਨੂੰ ਜੀ ਕਰੇ ਤਾਂ ਫਿਰ ਮੈਨੂੰ ਦੱਸ ਦਿਆ ਜੀ। ਹੁਣ ਜਿਹੜੀ ਮੈਂ ਗੱਲ ਕਰਾਂ ਬੇਫਿਕਰੀ ਦੀ, ਗੱਲ ਕਰਾਂ ਜਾਂ ਨਸ਼ੇ ਦੀ ਗੱਲ ਕਰਾਂ, ਜੇ ਮੈਂ ਨਸ਼ਾ ਕਰਦਾ ਮੇਰੇ ਦੋ ਭੈਣਾਂ, ਇਕੱਲਾ ਮੈਂ ਭਰਾ, ਮੇਰਾ ਮਾਂ ਬਾਪ ਆ, ਹੋਰ ਮੇਰੇ ਮਾਂ ਬਾਪ ਨੂੰ ਕੋਈ ਸਾਂਭਣ ਵਾਲਾ ਵੀ ਹੈ ਨਹੀਂ, ਮੇਰੀ ਜਿਹੜੀ ਮਾਂ ਉਹ ਵੀ ਦਿਹਾੜੀ ਕਰਦੀ ਆ, ਮੇਰਾ ਜਿਹੜਾ ਬਾਪ ਉਹ ਵੀ ਦਿਹਾੜੀ ਕਰਦੇ, ਅਸੀਂ ਵੀ ਦਿਹਾੜੀ ਕਰਦੇ ਹਾਂ, ਭੈਣਾਂ ਮੇਰੀਆਂ ਪੜ੍ਹ ਰਹੀਆਂ, ਪਰ ਮੈਂ ਪਰਮਾਤਮਾ ਅੱਗੇ ਅਰਦਾਸ
पर की करिए मजबूरियां। बाकी जी हम तुम गल की MLA की, मेरा MLA बन के मैं कुछ नहीं कर सकता, तो मैं बोल के भी कुछ नहीं कर सकता। जिहड़ा MLA तो सिर्फ एक ना जिवें कह लो एक थोड़ा जिहा जिवें लोगों के काम करा सकता, तो वह मैं क्यों उठा सी, मैं लोगों दस्या सी पिंड जाके भी तुहानू आ चीज़ा चाहीदियां आ चीज़ा नहीं चाहीदियां, तो उहदे विच मैं मैनू जिहड़ा कह लो खो जिहड़ा कह लो ना जुर्माना भी पिया, जुर्माना मैनू यह पिया भी मैं उहदे विच ना करजाई होया। अच्छा, करजाई होया, करजाई होया तो बहुत सीगा, पर उहदे विचों मेरे थोड़े जिहे सज्जणां ने मेरी मदद करती। एक तो गुरदयाल सिंह अपना सीगा, गुरदयाल सिंह ने तो कह लो करजाई कराया सीगा मैनू, तो जिहड़ा एक तो सीगा अपना शिंगारा सिंह बराड़ कुछ विचारे ने उन्होंने मदद की, जरनैल सिंह संधु, गुरबचन सिंह ते मुख्तियार सिंह, तो उंज इलैक्शन विचारे ने मेरी मदद होर ने बड़ी की सी। राजू सी मेरे पिंड का मुंडा बाहर गया, सत बैल के वजदे, उन्होंने विचारे ने मदद की। होर भी बड़े जिहड़े सज्जन सी थोड़ी थोड़ी जिन्होंने मदद की है, दीपा सीगा जां सीगा दिलबाग सीगे इधरों नवें शहर वालों, उन्हें मदद की कुछ बंदे ने करके मैं करजाई हो गया, वह मैं पता लग गया। MLA बन के मैं लोगों का जो कह लो लोगों को दस रहा भी पावर की होंगी है। बाकी हम अपनी गल् चल दया रहनी, मैं सवाल पूछना चाहूँगा जरूर पूछो, फिर मैं दस दिना सारा कुछ। नहीं वैसे विश्वदीप एक होंगे ना स्टार्टिंग जो पहला आप गल करते कहे भी मास्टर ने सवाल पूछ लिया स्कूले जी भी तुम बनना की है जी, तो थोड़े नाल ने कहा कि मैं मंत्री बनना जा मैं MLA बनना, तुम्हें क्या भी मैं वो चीज़ बननी जिन्हें इनू बनाया। बिल्कुल जी, तो मैं अज उही चीज़ हाँ जी, मैं वोटर एक मैं सोच के बनाऊंगा। जो मैं बच्चे का विरोध किया ना भी ये मंत्री नहीं बनना चाहिए, तो सारे मेरे ते हसे सीगे। अच्छा, पर उन्होंने यह नहीं पता सी मूर्ख जिहड़ा आपां मंत्री बनाउणा उह अपनी वोटां नाल ही बनना। बिल्कुल, वह मास्टर भी कहिंदा बेटा जो मंत्री बनना चाहुंदा तैनूं की तकलीफ आ, मैं कहिंदा नहीं जी बंदा लुच्चा लंडा मैं इहनूं क्यों बन देवां। वह मास्टर ने फिर वह कहिंदा कहिंदा तूं उहनूं रोकिआ क्यों आ, मैं कहिंदा नहीं जी इह लुच्चा लंडा मैं इहनूं मंत्री नहीं बन देणा। अच्छा, वो बंदे की अज भी वो कह लो अच थोड़ा पंजाब पुलिस अज भी कई मेरे नाल अख नहीं मिलाउंदा हुंदा। तो वो मैं कहना यार बंदा है ही नहीं, तो मैं भी है ही नहीं मंत्री, मैं ठीक है भी सरकारी लग जे वधिया गल आ, पर मंत्री बंद लैकदा नहीं। वो मंत्री बंद तां लैकदा नहीं क्योंकि मंत्री बनाउण वाले वड्डे बई जी आपां, तो जदों आपां नूं पता भी आ बंदा माड़ा उहनूं आपां मंत्री क्यों बन दिंगे बई, उहने अपना कुछ सवारना ही नहीं गा, वह नुकसान ही है ना उस चीज़ का। इको एक पोस्ट आ तुसीं DC बन तो किसी नूं रोक नहीं सकते, SSP बन तो किसी नूं रोक नहीं सकते, चाहे उहने जज बनना तुसीं उहनूं रोक नहीं सकते, जे कोई मंत्री बनना चाहुंदा तुसीं उहनूं रोक सकते आ, तुसीं रोक सकते जे बंदा वह गलत आ, तुसीं उहनूं बना सकते आ जेकर वह सही आ, वह अपने च पावर आपां वोटर आ। वो चीज़ मैं लोगों दसी भी अपने पावर की, अभी भी मैं फाइल का धरने पर सगा, वो मजदूर ने धरना लाया से, उन्होंने मैं दसिया मैं क्या तो जो कह लो भी खरबूजे के उत्ते डिगे, तो चाहे खरबूजे के कर्द डिगे, तो चाहे कर्द खरबूजे से डिगे, नुकसान खरबूजे खरबूजे का वो गल कहते झाड़ू ऐ करते झाड़ू झाड़ू वट पाव झाड़ू। ये पिंड च नच गए से मेरे अगर लोग मजाक डा के, मैं मोटरसाइकिल से जाना, तो मैं एक मेरे नाल का पिंड सगा, मैं चलो मैं पिंड ना ही लिया दब वाला, उत्थे मैं बोलिया उत्थे औरतों ने मेरा मजाक उड़ाया, मूँह चाह के खड़े हो जाते हैं, उत्थे मेरी अखा भर आईया से, मैं वाह मेरे परमात्मा, मैं नाल दे मैं छड पर यार आप इन्होंने खातर लड़ते फिरते हैं। वो कहना बई दुनिया कहती होंगी तू आपका सोच, कोमल सी मुंडा मेरे नाल, मैं खेरे भी तेरी गल सही है। फिर दूजे पिंड च गया मेरा बार्डर वाले एरिए, बड़ा वधिया हंगारा मिले, इतों है अपना पिंड हौदा हंगारा मिले, चिमने वाले हंगारा मिले, इतों पाकों तो हंगारा मिले, जेडे पिंड च मैं 12-13 पिंड च गया, वह पिंडा के जिन्ना पिंडा के मैं खड़ा से वो पिंडा चो मैं वोट पई है। वो उतों तो जे मेरे को टाइम बाला हों तो मैं पिंडा जा हूँ तो वोट मैंने पै जाए। वैसे नहीं आप दूजे पिंड की गल बाद करा, पहले थोड़े पिंड की गल कर लेंगे, खलोते से है ना जी, पिंड हमेशा ये कहें भी जो कोई भी काम करना हो तो आपको घर तो करना चाहिए जी, तो घर थोड़ा पिंड हो गया जी, पिंड वोट कि नहीं फिर थोड़ा पाई कि नहीं। मेरे पिंड 2642 वोटा वो पई मैं 150 आ। अच्छा जी, इन्नी घट क्यों, कारण फिर वध कि पई वोट वादू पई है, दूजे नूं अपने नूं झाड़ू नूं पई है, कालियां नूं पई है, कांग्रेस नूं पई है, ते जिहड़ा कह लो पिंड चो साडे कांग्रेस मैं तीजे नंबर ते आया, चलो मैनूं पहाड़ दी पिंड वाले इन्ना बड़ा होवा। अच्छा, बाकी पिंड वाले चाहिए कोई 1000-1200 पाउंदे वोट जिन्नी वोट सी, पर उहनां नूं आपां नहीं पसंद सी, उहनां नूं जिहड़ा पसंद सी उहनां ने उहनां नूं वोट पाई। मैं कहिंदा चलो ठीक आ, पर तुसीं खुश चाहीदे इस चीज़ दे विच, इह पिंड दी जिवें उहनां नूं चंगा लग्गिआ जी, कोई नहीं पाउंदा जां किवें को परमात्मा जाणदा। मेरा काम सी जदों रस्से चुमे से ना जदों भगत सिंह होर ने उदो तुसीं दसो इहदे नाल उहदे पिंड दे किन्ने खड़े से, नहीं खड़ा सी ना कोई, जां जिद्दे बाबा साहब अंबेडकर ने यह चीज़ चलाई सी भी मतलब सानू भी अधिकार दिओ, असीं भी मंत्री बनना चाहुंदे आ सानू भी, असीं उन्होंने उदों उन्होंने नाल कोई नहीं खड़ा। जदों ज्योतिबा फूले जी ने, ज्योतिबा फूले जी जिहड़े कहिंदे सी कल्ला मतलब
ब्राह्मण क्यों पढ़ सकता, शूद्र क्यों नहीं पढ़ सकता। तो उदो के प्यो ने उन्होंने घरों कढ़ता सी, तो चलो कढ़ता मैनू भी देना सी पर बचत होगी, क्योंकि वह कंजर ने मझ से एक तो वह भी बका थी। ये सच्चाई है, चलो कोई गल नहीं, परमात्मा भलिया करे। मैं कोई गल नहीं, किसी स्याणे ने गाया सी कहिंदा बुल्लिया गम ना करिया कर तकदीर बदलदी रहिंदी आ, बुल्लिया गम ना करिया कर तकदीर बदलदी रहिंदी आ, शीशा शीशा रहिंदा बस तस्वीर बदलदी रहिंदी आ। आ लोकां कोले आ गई सामने गल, आ गई ना तस्वीर, असीं झाड़ू बनाउणा। असीं गल सुण नौजवाना, अज आपां वेखिए ना सी ना घरे बैठे टीवी ते, ओही धी ध्याणियां दीआं भगवंत मान कहिंदा सी 2022 दे विच सरकार बदलूगी, ओह सरकार नहीं लोकां दी तकदीर बदलूगी। किसे भैणां दीआं चुन्नियां नहीं लैणगीआं, किसे नौजवान दीआं पग्गां नहीं लैणगीआं। मैं भगवंत मान नूं कहदा जे सिर कट के वेख मेरी गल नूं, आपदी थोड़ा जिहा पग दा लड़ चक के सुण, अज पग्गां नहीं लई जांदियां नौजवान धीआं ध्याणियां दीआं चुन्नियां वी लई जांदियां, अज तेरी सरकार की कर रही है। अज कह कैप्टन माड़ा, अज कह बादल माड़ा, अज कह बीजेपी माड़ी, अज तो तेरी खुद सरकार आ। ਇਹ ਲੋਕ ਸਭਾ ਦੇ ਵਿੱਚ ਤਾਂ ਇਹ ਹੋ ਜਾਂਦਾ ਸੀ ਜਿਵੇਂ ਨਾ ਬਸ ਕੰਧ ਡਿੱਗ ਦੂਗਾ ਬੋਲ ਬੋਲ ਕੇ। ਉਹ ਕਈ ਵਾਰੀ ਤਾਂ ਜਿਹੜਾ ਸੀ ਨਾ ਉੱਥੋਂ ਦਾ ਸਪੀਕਰ, ਉਹ ਵੀ ਕੁਰਸੀ ਫੜਦੇ, ਕਿਤੇ ਕੁਰਸੀ ਨਾ ਡਿੱਗ ਜੇ ਤੇ ਬੋਲਣ ਨਾਲ। ਤੇ ਕਈ ਵਾਰੀ ਤਾਂ ਨਾਲ ਦੀ ਜਿਹੜੀ ਕੋਈ ਬੈਠਾ ਹੋਣਾ ਇਹਦੇ ਕੋਈ, ਜਿਹਦਾ ਕੋਈ ਵਿਚਾਰਾ ਨਾਲ ਹੁੰਦਾ ਸੀ MP, ਉਹ ਐਂ ਕਰਕੇ ਐਂ ਫੜ ਕੇ ਬਹਿੰਦਾ ਸੀ ਵੀ ਜਦੋਂ ਇਹ ਬੋਲੇ ਕੇ ਧੌਂਕਣਾ ਮੈਂ ਥੱਲੇ ਨਾ ਡਿੱਗ ਜਾ। ਤੇ ਅੱਜ ਹੁਣ ਇੰਨਾ ਜਿਵੇਂ ਕੱਲ੍ਹ ਨਾ ਫੋਨ, ਉਹ ਇੱਕ ਤਾਂ ਹੈਂਗ ਹੋ ਜਾਂਦਾ, ਇੱਕ ਸਾਈਲੈਂਟ ਕਰ ਦੇਣਾ, ਇਹ ਸਾਈਲੈਂਟ ਹੋ ਗਿਆ ਤੇ ਫੋਨ ਵੀ ਹੈਂਗ ਹੋ ਗਿਆ। ਤੇ ਅੱਜ ਬੋਲਦੇ ਨਹੀਂ। ਨਹੀਂ ਵਿਸ਼ਵਦੀਪ, ਜਿਵੇਂ ਹੁਣ ਤੁਸੀਂ ਨਾ ਜਿਹੜੀ ਸਿਆਸਤ ਚੱਲ ਰਹੀ ਹੋ ਨਾ, ਜਿਹੜੀ ਸਰਕਾਰ ਚੱਲ ਰਹੀ ਹੋ, ਤੁਸੀਂ ਉਹਦੇ ਐਂਟੀ ਬੋਲਦੇ ਹੁੰਦੇ ਜੀ, ਤੇ ਲੋਕਾਂ ਦਾ ਵੀ ਸ਼ਾਇਦ ਕਈ ਹੁੰਦੇ ਵੀ ਸ਼ਾਇਦ ਵਿਸ਼ਵਦੀਪ ਨੂੰ ਕੋਈ ਪੈਸੇ ਆਉਂਦੇ ਨਾ ਜਾਂ ਫੰਡ ਆਉਂਦਾ ਹੋਵੇ ਤਾਂ ਵਿਸ਼ਵਦੀਪ ਬੋਲਦਾ। ਚਲੋ ਜੇ ਵੈਸੇ ਮੈਨੂੰ ਫੰਡ ਆਉਂਦਾ ਤਾਂ ਲੋਕ ਵੀ ਲੈ ਲੈਣ। ਹੁਣ ਇੱਕ ਬੰਦੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਭਗਵੰਤ ਮਾਨ ਬੋਲਣ ਦੇ ਤੈਨੂੰ ਕਿੰਨੇ ਪੈਸੇ ਮਿਲੇ ਆ। ਮੈਂ ਕਿਹਾ ਮੇਰੇ ਮੂੰਹ ਦਾ ਤਾਂ ਥੁੱਕ ਮੁੱਕ ਗਿਆ ਗਿਣ ਗਿਣ ਕੇ, ਤੇ ਹੁਣ ਤੂੰ ਵੀ ਆ ਜਾ ਤੇ ਕਿ ਤੂੰ ਗਿਣ ਕੇ ਲੈ ਜਾ। ਫੰਡ ਕੌਣ ਦੇਊਗਾ? ਕੀ ਮੈਂ ਕਿਸੇ ਹੋਰ ਪਾਰਟੀਆਂ ਦੇ ਵਿਰੁੱਧ ਨਹੀਂ ਬੋਲਿਆ? ਜਾਂ ਹੁਣ ਤੁਸੀਂ ਮੈਨੂੰ ਸਵਾਲ ਪੁੱਛੋਗੇ ਮੈਂ ਬੋਲੂੰਗਾ ਨਾ? ਤੁਸੀਂ ਲਓ ਜੀ ਦਾ ਨਾਂ ਲੈਣਾ, ਮੈਂ ਬੋਲੂੰਗਾ, ਇਹ ਪੂਰਾ ਬੋਲੂ, ਜੱਜ ਕੇ ਬੋਲੂੰਗਾ ਨਾਲੇ। ਮੈਂ ਮੈਨੂੰ ਭਾਈ ਸਾਹਿਬ ਫੰਡ ਕਿਹਨੇ ਦੇਣਾ? ਦੂਜਾ ਨੰਬਰ ਇੱਥੇ ਆ ਵੀ ਮੇਰਾ ਪੈਸਾ ਕਿਹਨੇ ਦੇਣਾ? ਹੁਣ ਜਦੋਂ ਮੈਂ MLA ਲੜਿਆ ਸੀ, ਕਈ ਮੈਨੂੰ ਇੱਥੋਂ ਕਈ ਪਿੰਡ 'ਚੋਂ ਨਹੀਂ ਹਟਦੇ ਮੇਰੇ, ਇਹਨੂੰ ਨਾ ਸੁਖਬੀਰ ਬਾਦਲ ਨੇ ਉਠਾਇਆ। ਅੱਛਾ, ਅਤੇ ਮੇਰੀ ਤੁਸੀਂ ਉਹ ਸਪੀਚਾਂ ਚੱਕ ਕੇ ਲਾਓ ਚੈਨਲ 'ਤੇ, ਜਿੰਨਾ ਮੈਂ ਬਾਦਲ 'ਤੇ ਬੋਲਿਆ ਨਾ ਕੋਈ ਬੋਲਿਆ ਨਹੀਂ। ਕੋਈ ਕਹਿੰਦਾ ਇਹਨੂੰ ਯਾਰ ਝਾੜੂ ਨੇ ਉਠਾਇਆ ਮਨ ਨੂੰ, ਅਕਾਲੀ ਵਾਲੇ ਕਹਿੰਦੇ, ਤੇ ਮੈਂ ਕਿਹਾ ਮੈਂ ਝਾੜੂ ਦੇ ਖਿਲਾਫ ਵੀ ਬੋਲੀ ਜਾਂਦਾ, ਇਹਨੂੰ ਫਿਰ BJP ਨੇ ਉਠਾਇਆ, ਮੈਂ ਕਿਹਾ ਮੈਂ BJP ਦੇ ਖਿਲਾਫ ਵੀ ਬੋਲੀ ਜਾਂਦਾ, ਕਹਿੰਦੇ ਨੂੰ ਕਾਂਗਰਸ ਨੇ ਉਠਾਇਆ, ਤੇ ਕਾਂਗਰਸ ਦੇ ਤਾਂ ਮੈਂ ਪਹਿਲੇ ਤਾਂ ਬੋਲੀ ਜਾਂਦਾ। ਮੈਂ ਹੁਣ ਦੱਸੋ ਫਿਰ ਆਇਆ ਕਿੱਥੋਂ ਵਿਸ਼ਵਦੀਪ, ਬੋਲਣ ਕਿਉਂ ਲੱਗਾ? ਬੋਲਣ ਮਾਰਾ ਭੁੱਖਾ ਮਾਰਦਾ, ਹਰ ਕੋਈ ਬੋਲਦਾ। ਲੋਕ ਇਹ ਲੋਕਾਂ ਨੂੰ ਕੋਈ ਮਿਲਣਾ ਚਾਹੀਦਾ, ਇੱਕ ਲੋਕ ਨੂੰ ਇਹਨੂੰ ਕੀ ਕਹਿੰਦੇ ਹੁੰਦੇ ਦੇਸ਼ ਨੂੰ ਆਪਣੇ ਨੂੰ ਕੀ ਇਹ ਲੋਕਤੰਤਰ ਦੇਸ਼ ਆ? ਕੀ ਲੋਕਤੰਤਰ ਦੇਸ਼ ਆ? ਲੋਕਤੰਤਰ ਦੇਸ਼ ਦਾ ਮਤਲਬ ਹੁੰਦਾ ਇੱਕ ਪਾਸੇ DC ਖੜਾ, ਇੱਕ ਪਾਸੇ ਸਿਪਾਹੀ ਖੜਾ, ਇੱਕ ਪਾਸੇ ਰਾਸ਼ਟਰਪਤੀ ਖੜਾ, ਇੱਕ ਪਾਸੇ ਮੰਤਰੀ ਖੜਾ, ਇੱਕ ਪਾਸੇ ਵਿਸ਼ਵਦੀਪ, ਕੋਈ ਵਿਸ਼ਵਦੀਪ ਅਰਗਾ ਜਾਂ ਕਹਿ ਲਓ ਦਿਹਾੜੀਦਾਰ ਖੜਾ, ਤੇ ਉਹਦੀ ਪਾਵਰ ਇੱਕ ਬਰਾਬਰ ਆ। ਕੀ ਅੱਜ ਤੁਸੀਂ ਦੱਸੋ DC ਦੀ ਪਾਵਰ ਇੱਕ ਬਰਾਬਰ ਹੈਗੀ ਆ ਵਿਸ਼ਵਦੀਪ ਦੇ ਬਰਾਬਰ, ਦਿਹਾੜੀਦਾਰ ਦੀ ਹੈਗੀ ਪਾਵਰ ਇੱਕ ਬਰਾਬਰ? ਨਹੀਂ, ਦਿਹਾੜੀਦਾਰ ਦੀ ਪਾਵਰ ਹੋਰ ਆ, ਉਹਦੀ ਪਾਵਰ ਆ ਰੋਹ ਚੱਲਣ ਵਾਲੀ। ਓਹ ਕੰਮ ਕਰ ਇੱਥੋਂ, ਐਸਾ ਬੰਦ ਇੱਧਰ ਆ, ਇਹਨੂੰ ਮੈਨੂੰ ਕਰ ਉਹ। ਠੀਕ ਆ ਜੀ, ਠੀਕ ਆ, ਬਿਲਕੁਲ। DC ਦੀ ਪਾਵਰ ਹੈ, DC ਨੂੰ ਸਲੂਟ, ਹੁਣ ਸਲੂਟ ਵੱਜ ਰਹੇ ਆ। ਤੇ ਜਿਹੜੇ ਆਪਣੇ ਰਾਸ਼ਟਰਪਤੀ ਦੀ ਪਾਵਰ ਆ, ਗੱਡੀਆਂ ਹਨੇਰੀਆਂ ਆ ਜਾਂਦੀਆਂ ਇੱਧਰੋਂ, ਜਦੋਂ ਗੱਡੀ ਚੱਲਦੀ ਆ, ਜਦੋਂ ਮਤਲਬ ਲੰਘਦੀ ਆ, ਲੋਕਾਂ ਦੇ ਫੋਨਾਂ ਦੀ ਰੇਂਜ ਉੱਡ ਜਾਂਦੀ ਆ, ਇਹ ਉਹਦੀ ਪਾਵਰ ਆ। ਮੰਤਰੀ ਦੀ ਪਾਵਰ ਆ, ਮੰਤਰੀ ਆਉਂਦਾ SSP ਸਾਹਿਬ ਸਲੂਟ ਸਲੂਟ ਸਲੂਟ, ਲੋਕ ਜਿਹੜੇ ਪਿੰਡਾਂ ਦੇ ਧਨਾਟ। ਹੋਰ ਜੀ ਮੈਨੂੰ ਦੱਸਣਾ ਸੀ ਕਿ ਆਪਾਂ ਘਰੇ ਰੋਟੀ ਰੋਟੀ ਖਾਵਾਂਗੇ, ਇਹ ਮਤਲਬ ਇਹ ਮੰਤਰੀ ਦੀ ਪਾਵਰ। ਹੁਣ ਇੱਕ ਬੰਦਾ ਰੇਹੜੀ ਵਾਲਾ ਮੰਤਰੀ, ਉਹਦੇ ਕੋਲ ਰੋਟੀ ਖਾ ਲਿਓ ਪੈਸੇ ਨਹੀਂ ਲੈਂਦਾ, ਉਹਦੇ ਕੋਲ ਭਟੂਰੇ ਖਾ ਲਿਓ ਪੈਸੇ ਨਹੀਂ ਲੈਂਦਾ, ਉਹ ਕਿਸੇ ਚੰਗੇ ਹੋਟਲ 'ਚ ਜਾਂਦਾ ਰਹੇ ਉਹਦੇ ਕੋਲ ਪੈਸੇ ਨਹੀਂ ਲੈਂਦਾ। ਇੱਕ ਉਹੀ ਬੰਦਾ ਕੋਈ ਉਹਦੇ ਕੋਲ ਮੰਗਤਾ ਜਾਵੜੇ ਤੇ ਉਹ ਰੋਟੀ, ਬਾਈ ਮੈਂ ਭੁੱਖਾ, ਮੈਂ 4 ਦਿਨਾਂ ਦਾ ਭੁੱਖਾ, ਮੇਰੀ ਮਿਹਨਤ ਆ ਤੁਹਾਡੇ ਅੱਗੇ, ਚੱਲ ਸਾਲਾ ਬੰਦ, ਚੱਲ ਨਿਕਲ ਇੱਥੋਂ, ਆ ਜਾਣ ਤੜਕੇ ਨਾਲ ਹੀ ਇੱਥੋਂ। ਜਿਹਦੇ ਕੋਲ ਪੈਸਾ ਉਹ ਖਾਓ ਜੀ ਲਾ ਕੇ, ਇਹਦੀ ਗੱਲੋਂ ਪੈਸਾ ਭਲਾ ਬੋਹਣੀ ਨਾ ਹੋਈ ਤੜਕੇ ਨਾਲ, ਤੇ ਜਿਹਦੇ ਕੋਲ ਹੈ ਨਹੀਂ ਤੇ ਚੱਲ। ਉਸੇ ਦਾ ਨਾ ਕਿ ਜਿਹਦੇ ਕੋਲ ਪੈਸਾ ਵੀ ਲੋਕੀ ਵੀ ਉਹਦੇ ਹੀ ਆ, ਬਿਲਕੁਲ। ਜਿਹਦੇ ਕੋਲ ਹੈ ਨਹੀਂ ਮੇਰੇ ਅਰਗੇ ਤਾਂ ਉਹਨਾਂ ਦਾ ਵੀ। ਪੰਜਾਬੀ 'ਚ ਕਹਾਵਤ ਦੱਸਦਾ, ਲੋਕ ਗੁੱਸਾ ਮੈਂ ਕਰਨਾ, ਜੇ ਤਾਂ ਤੁਹਾਡੇ ਕੋਲ ਪਾਵਰ ਆ ਤਾਂ ਤੁਹਾਨੂੰ ਦੁਨੀਆ ਜੀਜਾ ਜੀ ਕਰੂਗੀ। ਇੰਡੀਆ ਦੇਸ਼ ਆ ਮੇਰੇ ਵੀਰੋ, ਮੈਂ ਗਲਤ ਨਹੀਂ ਕਹਿ ਰਿਹਾ, ਮਤਲਬ ਜਿਹਦੇ ਕੋਲ ਪਾਵਰ ਹੈ ਨਹੀਂ ਉਹਨੂੰ ਦੁਨੀਆ ਸਾਲਾ ਕਹਿਣਾ ਪਸੰਦ ਨਹੀਂ ਕਰਦੀ, ਇਹ ਰਿਐਲਿਟੀ ਹੈ। ਇਹ ਲੋਕਤੰਤਰ, ਇਹ ਵਿਸ਼ਵਦੀਪ ਤਾਂ ਬੋਲਦਾ ਵੀ ਭਾਈ ਸਾਡਾ ਜਿਹੜਾ ਹੱਕ ਆ ਸਾਨੂੰ ਮਿਲਣਾ ਚਾਹੀਦਾ। ਇੱਕ ਬੰਦਾ ਤਾਂ ਖੀਰ ਖਾਈ ਜਾਂਦਾ, ਉਹ 'ਚ ਬਦਾਮ ਬਦੂਮ ਪਾਏ ਆ, ਉਹਦੇ ਬਦਾਮਾਂ ਦੇ ਇੱਥੇ ਅੜੀ ਜਾਂਦੇ ਆ, ਜਿਹੜੇ ਕੀ ਵੱਜਦੇ ਹੁੰਦੇ ਉਹ ਲਾਲ ਜੇ ਤੁਲੇ ਛਿੱਲੜ,
ਤੇ ਇੱਕ ਬੰਦਾ ਵਿਸ਼ਵਦੀਪ ਕੋਲ ਮਜ਼ਦੂਰ ਖੜਾ ਵੇਖੀ ਜਾਂਦਾ ਆਹ ਬੜੀ ਸਵਾਦ ਹੋਣੀ ਯਾਰ ਆਹ ਬੜੀ ਵਾਕਈ ਯਾਰ ਕਮਾਲ ਹੀ ਹੋ ਗਈ ਇੱਕ ਬੰਦਾ ਉਹ ਲੈ ਰਿਹਾ ਹੁਣ ਇਹ ਦੱਸੋ ਮੈਨੂੰ ਇਹ ਕੀ ਕਿੱਧਰ ਜਾਈਏ ਇਸ ਕਰਕੇ ਮੈਂ ਕਹਿੰਦਾ ਵੀ ਭਾਈ ਸਾਹਿਬ ਇੱਕ ਬੰਦੇ ਨੂੰ ਤਾਂ ਤੁਸੀਂ ਇੱਕ ਬੰਦਾ ਪੈਸੇ ਵਾਲਾ ਇੱਕ ਬੰਦੇ ਨੂੰ ਜਾਣ ਬੁੱਝ ਕੇ ਫਰੀ ਦੀਆਂ ਸਹੂਲਤਾਂ ਦੇ ਕੇ ਮੈਂ ਕਿਤੇ ਕਿਉਂ ਦੀ ਉਹਨੂੰ ਮਹਿਸੂਸ ਕਰਾ ਰਹੇ ਹਾਂ ਯਾਰ ਕਿਆ ਬਾਤ ਆ ਜਿਹੜਾ ਬੰਦਾ ਜਿਹਦਾ ਕਰਜ਼ੇ ਮਾਫ਼ ਨਹੀਂ ਜਿਹੜਾ ਕਹਿ ਲਓ ਜਿਹਨੂੰ ਬਿਜਲੀ ਬਿੱਲ ਮਾਫ਼ ਨਹੀਂ ਹੁੰਦੇ ਜਾਂ ਜਿਹਦਾ ਕਹਿ ਲਓ ਆਪਣਾ ਬਿਜਲੀ ਫਰੀ ਨਹੀਂ ਹੁੰਦੇ ਜਾਂ ਜਿਹਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਜਾਂ ਉਹਨੂੰ ਆਟਾ ਰਾਸ਼ਨ ਦਾਲ ਮਿਲਦਾ ਉਹਦੇ ਕੋਲ ਤਾਂ ਕਾਰ ਹੈ ਨਹੀਂ ਜਿਹੜਾ ਉਹ ਸਾਰੀ ਚੀਜ਼ ਮੁੱਲ ਦੀ ਲੈਂਦਾ ਉਹਦੇ ਕੋਲ ਫੋਰਚੂਨਰ ਆ ਉਹਦਾ ਕਾਰਨ ਕੀ ਹੈ ਪੈਸਾ ਜਦੋਂ ਤੁਹਾਨੂੰ ਕੋਈ ਲੰਗਰ ਦੇਊਗਾ ਲੰਗਰ ਦੇ ਵਿੱਚ ਦਾਲ ਚੋਂ ਬੜਾ ਮੁਸ਼ਕ ਮਾਰੇ ਮੈਂ ਕਿਸੇ ਧਾਰਮਿਕ ਸਥਾਨ ਨੂੰ ਨਹੀਂ ਕਹਿ ਰਿਹਾ ਕੋਈ ਐਵੇਂ ਚੱਕ ਕੇ ਕੋਈ ਆ ਜਾ ਆ ਜਾ ਆ ਜਾ ਮੈਂ ਸਿਰਫ ਲੰਗਰ ਦੀ ਗੱਲ ਕਰ ਰਿਹਾ ਉਹ ਲੰਗਰ ਆਪਾਂ ਇੱਥੇ ਵੀ ਲਾ ਸਕਦੇ ਹਾਂ ਯਾਰ ਆਪਾਂ ਗਰਮੀ ਵਾਲੀ ਲੰਗਰ ਲਾ ਦਿੰਦੇ ਹੁਣ ਉਹ ਲੰਗਰ ਉਹ ਚ ਸ਼ਕਾਟ ਮਾਰੇ ਅਗਲਾ ਕੋਈ ਚੱਲ ਖਾ ਲਾ ਯਾਰ ਲੰਗਰ ਆ ਕੁਛ ਨਹੀਂ ਹੁੰਦਾ ਜੇ ਉਹੀ ਆਪਾਂ ਹੋਟਲ ਖੋਲ ਲਿਆ ਅਗਲਾ ਕਹੂਗਾ ਜੀ ਆ ਦਾਲ ਆ ਕਿੱਦਾਂ ਦੀ ਬਣਾਈ ਯਾਰ ਤੂੰ ਮੁਸ਼ਕ ਮਾਰੀ ਜਾਂਦੇ ਚ ਕਮਾਲ ਆ ਤੇਰੀ ਇਹ ਗੱਲ ਇਹ ਪੈਸਾ ਪੈਸਾ ਇਹ ਪੈਸੇ ਦੀ ਕਿਉਂਕਿ ਪੈਸੇ ਦੇਣੇ ਹੁੰਦੇ ਨਾ ਇੱਥੋਂ ਫ੍ਰੀ ਮਿਲਣਾ ਫ੍ਰੀ ਮਿਲਣਾ ਹੁਣ ਜੇ ਉਹ ਜੀ ਭਗਵੰਤ ਮਾਨ ਕਹਿੰਦਾ ਅਸੀਂ ਆਟਾ ਰਾਸ਼ਨ ਦਾਲ ਘਰੇ ਦੇਵਾਂਗੇ ਤੇ ਮੈਂ ਭਗਵੰਤ ਮਾਨ ਨੂੰ ਕਿਹਾ ਅੱਜ ਤੈਨੂੰ ਮੈਂ ਕਹਾਂ ਵੀ ਕੈਪਟਨ ਨਾਲੋਂ ਵੱਡਾ ਹੋ ਗਿਆ ਤੂੰ ਕੈਪਟਨ ਅਮਰਿੰਦਰ ਸਿੰਘ ਜਦੋਂ ਕੋਈ ਉਹਨੇ ਬਿਆਨਬਾਜ਼ੀ ਦਿੱਤੀ ਸੀ ਉਹਨਾਂ ਨੇ ਉਹ ਬਿਆਨਬਾਜ਼ੀ ਕੀ ਸੀ ਕਿ ਪਹਿਲਾਂ 20 ਲੱਖ ਨੀਲੇ ਕਾਟ ਸੀ ਹੁਣ 25 ਲੱਖ ਕਾਟ ਹੋ ਗਏ ਤੇ ਪਿੱਛੋਂ ਜਕਾਰੇ ਲੱਗ ਗਏ ਸੀ ਬੋਲੇ ਸੋਨਿਆਰ ਸਤਿ ਸ੍ਰੀ ਅਕਾਲ ਭਗਵੰਤ ਮਾਨ ਕਹਿੰਦਾ ਸੀ ਕਹਿੰਦਾ ਪਹਿਲਾਂ 20 ਲੱਖ ਘਰ ਬੇਘਰ ਸੀ ਹੁਣ ਕਹਿੰਦਾ 5 ਲੱਖ ਵੱਧ ਗਏ ਆ ਤੁਸੀਂ ਕਹਿੰਦੇ ਧਰਨੇ ਹੋ ਤੁਸੀਂ ਨਾਰੇ ਲਾਈ ਜਾਂਦੇ ਆ ਲੋਕ ਕਹਿਣ ਵਾਹ ਯਾਰ ਕਿਆ ਮਨ ਆ ਕਿਆ ਅੱਜ ਉਹੀ ਭਗਵੰਤ ਮਾਨ ਕਹਿੰਦਾ ਲੋਕਾਂ ਦੇ ਘਰੇ ਆਟਾ ਰਾਸ਼ਨ ਦਾਲ ਘਰੇ ਪਹੁੰਚਾਉਣੀ ਹੈ ਤੇ ਮੈਂ ਦੋ ਬੰਦੇ ਵੀ ਰੱਖਦੇ ਉਹਨਾਂ ਬੁਰਕੀਆਂ ਵੀ ਪਾਇਆ ਕਰਨਗੇ ਪਰੇ ਤੋ ਅੱਜ ਮੈਂ ਕਹਿੰਦਾ ਰੋਜ਼ਗਾਰ ਦੇ ਮੈਂ ਮਜ਼ਦੂਰ ਬੰਦਾ ਮੈਂ ਪੜ੍ਹੀ ਵੀ ਜਾਂਦਾ ਬੀਏ ਕਰ ਵੀ ਰਿਹਾ 40,000 ਰੁਪਏ ਦੀ ਨੌਕਰੀ ਲਓ ਤੇ ਅਗਲੇ ਤੋਂ ਲੋਕਾਂ ਨੂੰ ਵੀ ਕਹਿੰਦਾ ਤੁਹਾਨੂੰ ਵੀ ਕਹਿੰਦਾ 40,000 ਦੀ ਨੌਕਰੀ ਅਗਲੇ ਮਤਲਬ 40,000 ਦੀ ਨੌਕਰੀ ਆ ਮੇਰੇ ਕੋਲ ਵੀ ਤੁਹਾਡੇ ਕੋਲ ਤੁਸੀਂ ਜਰਨਲ ਆ ਮੈਸੀ ਆ ਬਾਈ ਬੀਸੀ ਹੋਵੇ ਜਾਂ ਜਿਹੜਾ ਕੈਮਰਾ ਚਲਾ ਰਿਹਾ ਹੁਣ ਤੁਸੀਂ ਤੁਹਾਨੂੰ ਤੁਹਾਡਾ ਮਤਲਬ ਬਿੱਲ ਆ ਜੇ ਬਿਜਲੀ ਬਿੱਲ ਕੀ ਤੁਸੀਂ 4,000 ਰੁਪਏ 40,000 ਚੋਂ ਬਿਜਲੀ ਬਿੱਲ ਨਹੀਂ ਦੇ ਸਕਦੇ ਬਿਲਕੁਲ ਦੇ ਸਕਦੇ ਆ ਤੇ ਪਿੱਛੇ ਕਿੰਨਾ ਰਹਿ ਜੂ 36,000 ਚੋਂ 3,000 ਰੁਪਏ ਦੁੱਧ ਦਾ ਖਰਚਾ ਕੱਢ ਦਿਓ ਪਿੱਛੇ ਬਚਿਆ 33,000 33,000 ਚੋਂ ਰਿਸ਼ਤੇਦਾਰੀ ਦੀ ਆਵਾਜਾਵੀ ਕੱਢ ਦਿਓ ਪਿੱਛੇ ਬਚਿਆ 3,000 ਚ ਕੱਢ ਦਿਓ 33,000 ਚੋਂ 30,000 30,000 ਦੇ ਵਿੱਚੋਂ ਤੁਸੀਂ ਮੈਨੂੰ ਦੱਸੋ ਵੀ ਕਣਕ ਗਲੀ ਭਰੀ ਆਊਗੀ ਕਿ 10,000 ਦਾ ਆਟਾ ਰਾਸ਼ਨ ਦਾਲ ਲੱਗੇ ਵਿੱਚੋਂ ਪਿੱਛੇ 20,000 ਰੁਪਏ ਬਚਦਾ ਹੁਣ ਆਪਾਂ 10,000 ਦਾ ਆਟਾ ਰਾਸ਼ਨ ਦਾਲ ਲਵਾਂਗੇ ਮੁਸ਼ਕ ਮਾਰੂਗਾ ਉਹਦੇ ਵਿੱਚੋਂ ਚੰਗਾ ਆਊਗਾ ਪੈਸੇ ਨਾ ਆਉਣਾ ਬਿਲਕੁਲ ਤੇ ਪਿੱਛੇ 20,000 ਰੁਪਏ ਬਚਿਆ ਹੁਣ ਇਹਦੇ ਅੱਗੇ ਕਹਿ ਦਿੰਦੇ ਅਸੀਂ ਲੋਕਾਂ ਨੂੰ ਕਮਰੇ ਦੇਣੀ ਆ ਫਲਿੱਛਾ ਦੇਣੀਆਂ ਫਲਾਨਾ ਕਰਨਾ ਢਿਉਂਕਾ ਕਰਨਾ 20 ਲੱਖ ਰੁਪਏ ਦਾ ਲੋਨ ਮਿਲ ਜੂਗਾ ਜਦੋਂ ਅਗਲੇ ਨੂੰ ਜਾ ਕੇ ਬੈਂਕ ਮੈਨੇਜਰ ਨੂੰ ਕਹਿਣਾ ਬੈਂਕ ਮੈਨੇਜਰ ਸਾਹਿਬ ਮੈਂ 40,000 ਤੇ ਨੌਕਰੀ ਕਰਦਾ ਆ 20,000 ਰੁਪਏ ਮੇਰਾ ਖਰਚਾ ਕੱਢ ਕੇ 20,000 ਰੁਪਏ ਬਚਦਾ ਦਿੱਕਤ ਤਾਂ ਇਹੀ ਹੈ ਨਾ ਵੀ ਹੁਣ ਜਿਹੜਾ 40,000 ਦੀ ਨੌਕਰੀ ਮਿਲਣੀ ਹੈ ਨੌਕਰੀ ਲੱਭਣੀ ਕਿੱਥੋਂ ਲੱਗਣੀ ਕਿੱਥੇ ਹੈ 40,000 ਜੇ ਆਪਾਂ ਪ੍ਰਾਈਵੇਟ ਲੱਗਦੇ ਹਨਾ ਸਪੋਜ਼ ਕਰੀਏ ਜਾਂ ਅਸੀਂ ਨੌਕਰੀ ਕਰਦੇ ਹਾਂ ਜਾਂ ਕੋਈ ਹੋਰ ਸਾਡਾ ਮੁੰਡਾ ਕਰਦਾ ਸਟਾਰਟਿੰਗ ਹੈ ਜੇ ਪ੍ਰਾਈਵੇਟ ਕਰਦੇ ਹਾਂ ਪ੍ਰਾਈਵੇਟ ਦੀ ਤਨਖਾਹ 10-15 ਤੋਂ ਸਟਾਰਟ ਹੁੰਦੀ ਹੈ ਤੁਹਾਡਾ ਤਾਂ ਗੁਜ਼ਾਰਾ ਹੋ ਜਾਂਦਾ 10-15,000 ਨਾਲ ਬਿਲਕੁਲ ਬਹੁਤ ਜ਼ਿਆਦਾ ਔਖਾ ਹੁੰਦਾ ਔਖਾ ਹੁੰਦਾ ਯਾਰ ਤੁਹਾਡਾ 10-15,000 ਨਾਲ ਔਖਾ ਹੁੰਦਾ ਇੱਥੇ ਕਿ 90-90,000 ਲਈ ਜਾਂਦੇ ਕਿ 60,000 ਤਨਖਾਹ ਵਧਾ ਉਹਨਾਂ ਦਾ ਵੀ ਔਖਾ ਹੋਇਆ ਪਿਆ ਇਹ ਕੁਛ ਕੀ ਹੋ ਮਤਲਬ ਮੈਨੂੰ ਦੱਸ ਕੇ ਤੁਸੀਂ ਇੱਕ ਬੰਦਾ ਸਾਡੀ ਤਨਖਾਹ ਘੱਟ ਹੈ ਜੀ ਤਨਖਾਹ ਨੂੰ 80,000 ਕੀਤਾ ਜਾਵੇ ਸਾਡੀਆਂ ਮੰਗਾਂ ਇੱਥੇ ਰੱਖ ਤੇ ਮੈਂ ਤੈਨੂੰ ਬੇਨਤੀ ਕਰਦਾ ਵੀਰੇ ਜੇ ਤੇਰਾ 40,000 ਨਾਲ 50,000 ਨਾਲ ਪੂਰੀ ਨਹੀਂ ਪੈਂਦੀ ਤੂੰ ਨੌਕਰੀ ਛੱਡ ਦੇ ਦਿਹਾੜੀ ਕਰ ਸਾਡੇ ਨਾਲ ਆ ਫਿਰ ਤੈਨੂੰ ਦੱਸਾਂ 300 ਨਾਲ ਪੂਰੀ ਕਿਵੇਂ ਪੈਂਦੀ ਆ ਜਦੋਂ 2 ਕਿਲੋ ਲਿਆਉਣੀ ਹੋਵੇ ਖੰਡ ਜਦੋਂ ਫੋਨ ਆ ਜੇ ਪੁੱਤ ਨਾ 50 ਰੁਪਏ ਕਰੇ ਦਵਾਈ ਬੀਟੂ ਨੂੰ ਵੀ ਚਾਹੀਦੇ ਆ ਉਹ ਗੱਲ ਸੁਣੋ ਇੱਧਰ ਅਫਸਰਾਂ ਜਿਹੜਾ ਵੀ ਅਫਸਰ ਕਹਿੰਦਾ ਮੇਰੀ 80,000 ਤਨਖਾਹ ਹੋਣੀ ਚਾਹੀਦੀ ਹੈ ਜਾਂ 1,00,000 ਰੁਪਏ ਹੋਣੀ ਚਾਹੀਦੀ ਆ ਉਦੋਂ ਪਤਾ ਕੀ ਕਹਿੰਦੇ ਆ ਉਦੋਂ ਘਰੋਂ ਫੋਨ ਆ ਕਹਿੰਦੀ ਪੁੱਤ ਮਾਂ ਕਹਿੰਦੀ ਐਂ ਕਰ 50 ਰੁਪਏ ਬਚਾ ਲਈ ਘਰੇ ਆਪਣਾ ਜੀ ਢਿੱਲਾ ਉਹਨੂੰ ਦਵਾਈ ਬੂਟੀ ਦਵਾਉਣੀ ਪੈ ਸਕਦੀ ਆ ਜਿੱਥੇ ਖੰਡ 2 ਕਿਲੋ ਲਿਆਉਣੀ ਜਾਂ 1 ਕਿਲੋ ਲਿਆਉਣੀ ਆ ਉੱਥੇ ਕਈ ਵਾਰੀ 30 ਦੀ ਲੈ ਕੇ ਜਾਣੀ ਪੈ ਸਕਦੀ ਹੈ ਜਿਹੜਾ ਮਜ਼ਦੂਰ ਬੰਦਾ ਇੱਧਰ ਧਿਆਨ ਮਾਰ ਲਵੇ ਮੇਰੇ ਨਾਲ ਇੱਧਰ ਜਿਹੜਾ ਕੋਈ ਅਫਸਰ ਬੰਦਾ ਉਹ ਮਜ਼ਦੂਰ ਵੱਲ ਧਿਆਨ ਮਾਰ ਲਵੇ ਫਿਰ ਤੁਹਾਨੂੰ ਦੱਸੂਗਾ ਜ਼ਿੰਦਗੀ ਕਿਵੇਂ ਜੀਣੀ ਆ ਤੇ ਜਿਹਦਾ ਤੁਹਾਡੇ ਵਰਗਿਆਂ ਦੇ ਮਜ਼ਦੂਰੀਆਂ ਕਰਦੇ ਆ ਮੈਂ ਅਫਸਰਾਂ ਨੂੰ ਕਹਿੰਦਾ ਮੰਤਰੀਆਂ ਨੂੰ ਕਹਿੰਦਾ ਉਹਨਾਂ ਦੇ ਕਈ ਵਾਰੀ ਪੈਸੇ ਨਹੀਂ ਮਿਲਦੇ ਤੁਹਾਡੇ ਕੋਲੋਂ ਉਹ ਤਨਖਾਹ ਨਹੀਂ ਆਈ ਤੇਰੀ ਯਾਰ 80,000 ਨਾਲ ਪੂਰੀ ਨਹੀਂ ਪਾਈ ਜਾਂਦੀ ਉਹ 300 ਨਾਲ ਪੂਰੀ ਪਾਈ ਜਾਂਦਾ ਤੇ ਫਿਰ ਤੂੰ ਐਂ ਕਰ ਤੂੰ ਆਪਦੀ 60,000 ਦੀ ਛੱਡ ਦੇ ਨੌਕਰੀ ਮੇਰੀ ਪੂਰੀ ਨਹੀਂ ਪੈਂਦੀ 60,000 ਤੇ ਤਨਖਾਹ ਵਧਾਓ ਛੱਡ ਦੇ ਬਈ ਤੇਰੇ ਨੂੰ ਹੀ ਫਰਕ ਪੈਂਦਾ ਤਾਂ ਛੱਡ ਦੇ ਤੈਨੂੰ ਨਹੀਂ ਪੜਤਾ ਪੈਂਦਾ ਛੱਡ ਦੇ ਜਦੋਂ ਮੰਨ ਲਓ ਤੂੰ ਕਿਤੇ ਦਿਹਾੜੀ ਲੱਗਿਆ ਤੈਨੂੰ 2,000 ਰੁਪਏ ਦਿਹਾੜੀ ਤੇ ਫਰਕ ਹੀ ਨਹੀਂ ਪੈ ਰਿਹਾ 2,000 ਦਿਹਾੜੀ ਤੈਨੂੰ ਥੋੜੀ ਲੱਗਦੀ ਆ ਤੂੰ ਨੌਕਰੀ ਛੱਡ ਦੇ ਇਹ ਕਈ ਇਹੋ ਜਿਹੇ ਬੈਠੇ ਨਾ ਇਹ ਉਹਨਾਂ ਨੂੰ ਮੇਰਾ ਸਵਾਲ ਆ ਭਾਈ ਸਾਹਿਬ ਦੇਸ਼ ਦੇ ਹਾਲਾਤ ਬਿਲਕੁਲ ਖਰਾਬ ਆ ਇਸ ਵਕਤ ਇੱਥੇ ਜਿਹਦੇ ਕੋਲ ਪਾਵਰ ਆ ਉਹਦੇ ਕੋਲ ਦੁਨੀਆ ਐਂ ਕਰੀ ਜਾਂਦੀ ਆ ਜੇਕਰ ਮਤਲਬ ਇਹ ਕਹਿਣ ਨੂੰ ਲੋਕ ਸੇਵਾ
लोग कहते हैं क्या 36 रुपये बंदा एक एक बंदा टैक्स भरता। मेरे पिंड की 2642 वोटा 8000 बढ़ती है, 280000 के लगभग डेली का टैक्स आ, साल का 12 करोड़ रुपये का टैक्स आ। मेरे पिंड के 5 करोड़ भी लगता तो मैं विखा दो। वो कलाता बस जी, वो की करता का शमशान घाट बनाता, जा मान लो कित बूटे लाते, अज जी फलाने इन्हें बूटे लाए वो ए खड़ जी, जा फलाने जी आए से जी उन्होंने असी ये असी पानी का नलका लाया वो ए खड़ जू। विशवदीप तुम इन्ना मतलब कह लो प्रचार कर दो होना भी इन्हों सरकार ने एंटी या सरकार दी कह लो पोला खोल दे सीसा दिखा दौ, पर जो तुम यह कुछ कर दौ तो थोड़ा सरकारी दबाव या प्रैशर नहीं आता? बड़े वीर की पाँगे हदों बद गोली मार देंगे। मैं तुम्हें फिर कहना भी रस्से तो एक ने चुमे, दो तीन ने चुमे से, अच वाधू रस्से चुमन आए बैठे ये किन्ने कू डबका। एक गल सुनो, आप इस वक्त घा कोल खड़े हाँ, कोई बंदा घा पट्टन लग जाए पट्टी जाए इनू माड़े जहाँ मीह पिया तो नाल दिन घा फिर उगर आना। किसान मैं पुछता, किसान भी वीडियो में वेख रहा होगा, किसान दिन एक खेत के मुरख घा उगरता, असं जो गोडी करते सूँ पता हों मुरख घा जाया जाता वो ना जो मान लो अज तो पूरा किसान ने दिहाड़ी लवा के 300-300 रुपये अच्छ कटवा लिया आपका, वो दूजे दिनों फिर दूजा हो जाता। ये भाई साहब ये तो पंजाब के लोग बोलने वाले जे एक पट्टोंगे तो भी नाल एवं उगर आने। मान लो मेरे कुछ कहें धक्के मारते किसी मंत्री ने के वो रौला पै जाना, 20 जने आने हाँ फलाना मंत्री मुर्दा पा देने धक्के क्यों मारे। ये भाई साहब तुम ये तो दबा दबू छड़ दो, जोड़ा कोई मंत्री हो मैं मंत्री समझे, जोड़ा कोई मजदूर आ मैं मजदूर समझे, तो जोड़ा कोई बंदा आपदे आप कहता आप 30 मार खाणो मैं 30 मार कर समझे, कहें जैसा देखोगे वैसा पाओगे। पर इन्नी छोटी जी उम्र इन्ना लैके मतलब कह लो प्रचार करना या आ चीज करना, छोटी पिछे उम्र बहुत व्डिया 23.5 साल उम्र आ, अज तक किया कुछ नहीं हले उम्र मतलब उम्र पई है, मतलब कितने अगला 23 साल दे इन्हां दे पुत्त दी 19 साल की उम्र होंगी, 18 साल की उम्र होंगी, 40-40 लाख दी गड्डियां च घूमते हैं, तो तेरे मेरे वर्गा जो कहना डैडी सैकल ही लिया दे, मेरा अज तक शौक नहीं पूरा होया सैकल ही, मैं डैडी नूं कहिंदा सैकल ही। तो यह गरीब यह मतलब गरीब की जिंदगी आ, कोई किसान का पुत कहिंदा कहिंदा डैडी सैकल ही लिया दे, वो कहिंदा पुत अगली फसल नूं लिया के देवांगे, मजदूर का पुत कहिंदा डैडी सैकल ही लिया दे, पुत हुण अगले साल लिया के देऊंगा पैसे टुट गए। ये रौला उधरों फिर मंत्री का मुंडा कहता हाँ पापा मैं फोरचूनर लैनी सी, बेटा फोरचूनर क्यों, तू मर्सिडी लै, तू होर कोई गड्डी लै। उधरों जो हम भगवंत मान का मुंडा भी आ जाए हाँ पापा मैं मर्सिडी लैनी हैगी है, वो कहूँगा बेटा मर्सिडी क्यों, बड़ी गड्डी लै, कोई रेंज रोवर ले ला, अद्धे घंटे च आ जाऊगी। गल तो पैसे दी निबड़नी तो पैसे दी आ गई। फिर मेरी गल सुनो ना भाई साहब, यह पैसा इन्होंने देना ना, यह बन के हूँ असं ए कर देंगे जी यूं कर देंगे जी, इन्होंने वादे तो कर लेने पूरे ना, तो एक नहीं हो रहा हूँ, कहें सू 45 दिन असं की कर देंगे, तो थोड़ू कहने चिट्ठी पाई सी मैंने केजरीवाल, वो वीडियो विखा दे पंजाब च आके जेड़े इन्हें ए क्या हो सू 6 महीने लग जाएंगे जो सू साल लग जूगा। पहले तो कहें बस ये पहली कैबिनेट आएगी ऐसे हो जाए होगा वैसे होगा, लोग बोले केजरीवाल तेरी सोच ते पर देंगे ठोक के, फिर आते जी केजरीवाल साहब ये जो बेअदबी वाले कांड है, बेअदबी वाले हमारी सरकार बनाओ बहुमत से, 24 घंटों में अंदर आऊँगे, तो हूँ किन्ने घंटे बनते 50 दिन के बनाओ जी किन्ने बने, जो मान लो आप 12 घंटे बना के दिन दे 50 दिन तो 50 रातों के किन्ने बने, मान लो 50 दिन 100 दिन तो ला लगे आप 12 घंटे उदाहरण तौर पर किन्ने बने 12 साल 120 घंटे हो गए हिसाब ना, कि मैं गलत हाँ मेरे हिसाब मैं गलत हाँ यार नहीं 120 घंटे तो बने मेरे हिसाब से 10 दिन के 1200 घंटा ला लीए उदाहरण तौर पर, मैं तो पक्का इस करके सीटी ने इन्ना मेरा हिसाब किताब क्लीयर नहीं गा, 1200 घंटा हो गया इनके लिए 10 कर पूरा की कर लें कुछ नहीं गल्लां बस। हूँ एवं जाके गुजरात च अरे फोन वोन लगा कर पूछ लो भ्रष्टाचार खत्म हो गया पंजाब से, आ जा पंजाब से असं विखाने कितने भ्रष्टाचार, एक बंदा गुजरात चो आ जाए जा हिमाचल चो आ जाए बस अद्धा दिन ला के जाता रहे तो पंजाब चो 10 दिन जो वह भ्रष्टाचार खड़ा छड़ गया तो मैं बैठा एवें गल। कोई सरकार ने कुछ नहीं करना सिर्फ गल्लां, लोगों को पता नहीं सानू चाहिए की है बदलाव लिया वाला कहिंदा सी बदलाव लिया, हुण पुछो विधानसभा का मतलब की है वह हुण पता नहीं, MLA की फुल फॉर्म की वह हुण पता नहीं, MP की फुल फॉर्म की वह हुण पता नहीं, मंत्री का काम की वह हुण पता नहीं, बस जे गड्डी च आ गया यार मंत्री हुण गड्डी च ही आऊगा, तो जिहड़ा गड्डिया लई फिरदा वह पैसा कित्थों आई जांदा, वह पैसा तो अपना ही आ अपना आ कितों रहा। यह रियालिटी गल्ला भी मैं लोगों च रहिंदा मैं वेखदा की करदे कि नहीं करदे, जो मान लो इतने सिर्फ गल्लां है लोगों दियां, विधानसभा का मतलब नहीं पता, भाल दे बदला इन्हों पता होना चाहिए भाल, हाँ जी
थोनू 80,000 रुपया खाते में पाएंगे। साडिया मावं कहदिया भैने 1,000 रुपया आपणगे 1,000 रुपया वो तो फिर होर सुनी चलिया करो जी 1,000 रुपया मोदी वाल 2,000 रुपया मोदी वाल आ जाया करूगा 1,000 रुपया केजरीवाल 3,000 रुपया लै बोलिया गल हूँ तू ना ऐ करा करी तेरे काम नाल पै करा करांगे ते 3,000 रुपया अपना आ जाया करो उधरों हुण तुसीं इधर आ जाओ सारिया मतलब मैं किसी कैटागिरी नूं नहीं कह रहा ये लोगों की आ फिर इधरों होर हाँ बोलते नहीं 1,000 रुपया केजरीवाल वाला आ जाया करूगा 40,000 रुपये थोड़ी तनखा वाला 2,000 रुपये मोदी 43,000 रुपया आ जाया करो ये मतलब काम इन्हें भला पुछो इन्हें चाहिए की आ मैं तुम लोगों दस दिना फ्री की सहूलत तुम्हें एक भी नहीं चाहिए फ्री का तुहाडा हर कुछ बंद होना चाहिए थोनू फ्री दे विच पानी है जिहड़ा वो तो आप पीने योग आप धरती चो पीने जिहड़ी चीज़ धरती दी वो आपां नूं फ्री मिलनी चाहिए है सरकार वालों तुहानू एक भी चीज़ फ्री नहीं मिलनी चाहिए ना किसी MLA नूं मिलनी चाहिए आ ना किसी MP नूं मिलनी चाहिए आ जिहड़ा बंदा SC आ उहनूं भी 40,000 की नौकरी दिओ जिहड़ा बंदा BC आ उहनूं भी 40,000 की नौकरी दिओ जिहड़ा बंदा जरनल आ उहनूं भी सरकारी नौकरी दिओ 40,000 की नौकरी दिओ हुण जे तुसीं कहिंदे वी नौकरियां लग गईआं कित्थों तां इधर मूँह कर ला बई मेरे वाल मैं ध्यान नाल दस दिंदा तुहानूं जिहड़ी अपने पिंडां दे विच पंचायती जमीनां पईआं वक्फ बोर्ड दीआं जमीनां पईआं उहदे विच सरकारी मच्छी पालन खिलाउण 1,000,000 रुपया आए साल का सबसिडियां दे के आपके लीडरां नूं बर्बाद हुंदा उह आपां नूं पैसा भरना पैंदा महंगाई वधदी आ जेकर उही इह मच्छी पालन सरकारी ला लैण ते सरकारी मच्छी पालन का जिहड़ा कह लो एक मच्छी पालन के 4-4 बंदे रखे जाएंगे जेकर एक भी 10 किलों के पंचायती जमीन 10 किलों के भी मच्छी पालन खोले जाए पंचायती जमीन के 10 मच्छी पालन हो गए 4 बंदे भी रखिए एक मच्छी पालन से 40 बंदे हो गए उस तो बाद जेकर वक्फ बोर्ड की जमीन पई है पिंडा के कह लो 20 किलों के उवें जिमें कह लो डेयरी फार्म सबसिडियां मिलदिया वो इन्हों के लीडर खोलते हैं इन्हों भी सबसिडियां मिलदियाँ वो लखा 1,000,000,000 रुपया खराब हो जाता तो जेकर उ 1,000,000,000 रुपया ला के अपनिया सरकारी डेयरी फार्मा बन दया नाले पीन दुध वाधू होगा नाले कोई पशु सड़कों पर नहीं होगा तो वे 5 बंदे रखे जाया करेंगे एक डेयरी फार्म से जे 10 डेयरी फार्म भी रखे जा 50 बंदे हो जाएंगे उतों 40 90 बंदे रखे गए कि नहीं रखे गए बई रखे जाएंगे ना ये सिर्फ गल्लां कर रहे असीं फ्री देना तो झौंका करना इन्हां दीआं गल्लां इन्हां चीज़ों के मैं विरोध हाँ फ्री चीज़ नहीं मिलनी चाहिए पर SC BC जरनल हाँ जे फ्री चीज़ देनी है मान लो तुसीं घर देना किसी घरों दो जिदे कोई बच्चा है नहीं मुंडा है नहीं उन्होंने कोई पालन सामने वाला है नहीं गा उन्होंने रसोई दो 2 कमरे दो तो उन्होंने खाण पीन का सरकार इंतजाम करे सबसिडियां चंगीआं देन इन्होंने भी आ करता सेहत सिक्ख्या रुजगार चाहे वह SC या BC या जरनल आ तीनों चीज़ा फ्री चाहिए मान लो 40,000 की नौकरी देती किसी को हूँ वो कहता जी मेरी 40,000 की नौकरी आ उन्हें कहा भाई छड़ दे तू आपकी मंत्री की भी 40,000 तनखा होनी चाहिए है यार एको बराबर करो फिर लोकतंत्र दे दा मतलब फिर पूरा समझो ये भाई जी जेकर मैं बाकी तुसी सवाल पूछ लो जो तुसी पूछना चाहोगे नहीं जिवें तुसी कहे भी सारे इक्वल होने चाहिए 40,000 उहदा होना चाहिए 40 मतलब टोटली तो यह जो गल करिए सिक्ख्या की भी गल करिए है ना भी जेडे स्कूल दे विच जे मंत्री का बच्चा वह भी उत्थे पढ़ता होंदा प्राइवेट जे किसी जनरल वर्ग का वह भी उत्थे पढ़ता होंदा फिर सिक्ख्या सारे सेम मिलती है तो फिर जिहड़ा तुसी कहा भी विखरेवा हो गया वह कित्थे आ गए हाँ तुसी वैसे सवाल ही बहुत वधिया कीता मेरे दिमाग चो निकल भी गया सी ਜਿੰਨੇ ਮੰਤਰੀ ਇਹ ਸਰਕਾਰ ਕਹਿੰਦੀ ਅਸੀਂ ਬਦਲਾ ਲਿਆਉਣਾ ਜੇ ਕੱਲ੍ਹ ਸਰਕਾਰ ਸੀ ਉਹਨਾਂ ਦੇ MLA MPਾਂ ਦੇ ਬੱਚੇ ਚੰਗੇ ਸਕੂਲਾਂ 'ਚ ਤਗੜਿਆਂ 'ਚ ਪੜ੍ਹਦੇ ਸੀ ਕਹਿ ਲਓ ਕੋਈ ਕਹਿੰਦਾ ਬਾਹਰਲੀਆਂ ਕੰਟਰੀਆਂ 'ਚ ਪੜ੍ਹਦੀ ਜਾਂ ਕਿਵੇਂ ਕਹਿ ਲਓ ਜੇ ਉਹਨਾਂ ਦਾ ਇਲਾਜ ਹੁੰਦਾ ਸੀ ਤਗੜੇ ਹਸਪੀਟਲਾਂ 'ਚ ਹੁੰਦਾ ਸੀ ਆਪਣੇ ਸੁਖਬੀਰ ਸਾਹਿਬ ਸੀ ਜਿਹੜੇ ਇਹਨਾਂ ਨੂੰ ਉਹ ਮਹਾਂਮਾਰੀ ਹੋਈ ਪੰਜਾਬ 'ਚ ਇਹਨਾਂ ਨੇ ਇਹੋ ਜਿਹਾ ਹਸਪੀਟਲ ਆਪਦੇ ਵਾਸਤੇ ਨਹੀਂ ਬਣਾ ਸਕੇ ਅਤੇ ਜਾ ਕੇ ਉਹਨੂੰ ਦਿੱਲੀ ਐਡਮਿਟ ਹੋਣਾ ਪਿਆ ਫਿਰ ਇਹ ਆਪਣੇ ਵਾਸਤੇ ਕੀ ਬਣਾ ਦੇਣਗੇ ਹੁਣ ਇਹ ਤਾਂ ਆ ਗਈ ਉਸ ਅਕਾਲੀ ਸਰਕਾਰ ਕਾਂਗਰਸ ਦਾ ਵੀ ਰਾਜ ਰਿਹਾ ਉਹਨਾਂ ਨੇ ਵੀ ਇਹੀ ਕੀਤਾ ਇਲਾਜ ਅਤੇ ਜਿਹੜਾ ਐਜੂਕੇਸ਼ਨ ਉਹ ਤਗੜੇ ਸਕੂਲਾਂ ਮਤਲਬ ਹੋਸਪਿਟਲਾਂ 'ਚ ਫਿਰ ਤੁਸੀਂ ਇਹ ਗੱਲ ਦੱਸੋ ਜਿਹੜਾ ਸਰਕਾਰੀ ਟੀਚਰ ਲੱਗਦਾ ਉਹਦੇ ਜਿਹੜੇ ਬੱਚੇ ਆ ਉਹ ਟੀਚਰ ਸਰਕਾਰੀ ਲੱਗਣਾ ਬੱਚੇ ਆ ਉਹਦੇ ਪ੍ਰਾਈਵੇਟ ਸਕੂਲ 'ਚ ਪੜ੍ਹਾਉਣੇ ਮੰਨ ਲਓ ਤੁਸੀਂ ਮੇਰੇ ਨਾਲ ਪੇਪਰ ਦਿੱਤਾ ਮੈਂ ਸਰਕਾਰੀ ਟੀਚਰ ਲੱਗ ਗਿਆ ਪੇਪਰ ਦੇ ਕੇ ਸਰਕਾਰ ਤੁਹਾਨੂੰ ਇਹ ਕਹਿ ਦਿੰਦੀ ਨਾਂ ਦੱਸਿਆ ਤੁਹਾਡਾ ਗੁਰਤੇਜ ਹੁਣ ਉਹ ਕਹਿੰਦਾ ਗੁਰਤੇਜ ਜੀ ਤੁਸੀਂ ਸਰਕਾਰੀ ਨੌਕਰੀ ਲੱਗਣ ਦੇ ਕਾਬਲ ਨਹੀਂ ਗੇ ਗੁਰਤੇਜ ਦਿਮਾਗ ਲਾਉਂਦਾ ਉਹ ਕੁਝ ਬੰਦਿਆਂ ਨੂੰ ਮਿਲਦਾ ਯਾਰ ਮੈਨੂੰ ਪੈਸਾ ਪੂਸਾ ਦਿਓ ਉਹਦੇ ਨੂੰ ਹੋ ਜਾਓ ਮਾੜਾ ਧੁੱਪ ਹੋਗੀ ਥੋੜ੍ਹੀ ਜਿਹੀ ਅਤੇ ਉਹ ਕਹਿੰਦਾ ਯਾਰ ਮਾੜਾ ਜਿਹਾ ਨਾ ਵੀ ਪੈਸਾ ਪੂਸਾ ਦਿਓ ਮੈਂ ਸਕੂਲ ਖੋਲ੍ਹਾਂ ਹੁਣ ਜਿਹੜਾ ਗੁਰਤੇਜ ਸਿੰਘ ਉਹ ਸਕੂਲ ਖੋਲ੍ਹਦਾ ਗੁਰਤੇਜ ਸਿੰਘ ਨਾ ਉਹ ਸਕੂਲ ਖੋਲ੍ਹਦਾ ਉਹ ਸਕੂਲ ਖੋਲ੍ਹਦਾ ਅਤੇ ਉਹਦੇ ਵਿੱਚ ਜਿਹੜਾ ਵਿਸ਼ਵ ਦੀ ਸਰਕਾਰੀ ਟੀਚਰ ਲੱਗਿਆ ਸੀ ਉਹ ਵੀ ਆਪਦਾ ਬੱਚਾ ਤੁਹਾਡੇ ਸਕੂਲ 'ਚ ਪੜ੍ਹਾ ਰਿਹਾ ਤੁਹਾਨੂੰ ਸਰਕਾਰ ਨੇ ਇਹ ਕਹਿਤਾ ਸੀ ਵੀ ਤੁਸੀਂ ਸਰਕਾਰੀ ਲੱਗਣ ਦੇ ਕਾਬਲ ਕਾਬਲ ਨਹੀਂ ਹੈਗੇ ਮੈਂ ਆਪਦਾ ਬੱਚਾ ਤੁਹਾਡੇ ਕੋਲ ਪੜ੍ਹਾ ਰਿਹਾ ਫਿਰ ਮੂਰਖੀ ਹੈ ਨਾ ਮੈਂ ਇਹ ਫਿਰ ਆ ਸਕਦੀ ਆ
ਹੁਣ ਇਹ ਕਹਿੰਦੇ ਸਾਨੂੰ 6 ਮਹੀਨੇ ਦਿਓ ਸਕੂਲ ਠੀਕ ਕਰਨ ਵਾਸਤੇ। ਆ ਇੱਧਰ ਜਾ ਕਿਹੜਾ ਮੰਤਰੀ ਕਹਿੰਦਾ 6 ਮਹੀਨੇ ਚਾਹੀਦੇ ਆ? ਮੇਰੇ ਨਾਲ ਮੂੰਹ ਕਰ ਮਾੜਾ ਜਿਹਾ। ਭਾਈ ਸਾਹਿਬ 6 ਮਹੀਨੇ ਕਾਹਦੇ ਵਾਸਤੇ ਚਾਹੀਦੇ ਆ? 6 ਮਹੀਨੇ ਆ ਕਿਹਨਾਂ ਕਿਹੜਾ ਮਹੀਨਾ ਚੱਲੀ ਜਾਂਦਾ? ਮਈ ਚੱਲੀ ਜਾਂਦਾ, ਮਈ ਚੱਲੀ ਜਾਂਦਾ। 6 ਮਹੀਨੇ ਬਣਾਓ ਜੇ ਕਿਹੜਾ, ਉਦੋਂ ਆ ਜੀ ਨਵੰਬਰ, ਨਵੰਬਰ ਲਾ ਲਓ। ਹੁਣ ਨਵੰਬਰ 'ਚ ਐਡਮਿਸ਼ਨਾਂ ਹੁੰਦੀਆਂ ਬੱਚਿਆਂ ਦੀਆਂ ਸਕੂਲਾਂ 'ਚ। ਤੁਸੀਂ ਬਦਲਾਅ ਕਰਨਾ, ਤੁਸੀਂ ਆਪਦੇ MLA ਦੇ ਬੱਚੇ ਸਰਕਾਰੀ ਸਕੂਲਾਂ 'ਚ ਪਾਓ, ਮੰਤਰੀਆਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪਾਓ, ਸਿਪਾਹੀ ਤੋਂ ਲੈ ਕੇ DC ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪਾਓ, ਫਿਰ ਮਜ਼ਦੂਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ, ਕਿਸਾਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ, ਫਿਰ ਆਊਗਾ ਵੀਰੇ ਸਟੱਡੀ ਦਾ ਬਦਲਾਅ। ਜੇ ਕਹਿੰਦੇ ਨਾ ਵੀ ਅਸੀਂ ਸਕੂਲ ਠੀਕ ਕਰਨੇ, ਸਕੂਲ ਠੀਕ ਕੰਧਾਂ ਨੂੰ ਰੰਗ ਕਰਾ ਕੇ ਨਹੀਂ ਹੁੰਦੇ ਭਗਵੰਤ ਮਾਨ, ਕੰਧਾਂ ਨੂੰ ਰੰਗ ਕਰਾ ਕੇ ਸਕੂਲ ਠੀਕ ਨਹੀਂ ਹੁੰਦੇ, ਸਕੂਲ ਠੀਕ ਹੁੰਦੇ ਉੱਥੇ, ਉੱਥੇ ਹੋਊਗਾ। 12 ਸਾਲਾਂ ਦੇ ਵਿੱਚ SC BC ਜਰਨਲ ਕੋਟਾ ਚੱਕਿਆ ਜਾਊਗਾ, ਚੰਗੀ ਸਿੱਖਿਆ ਦੇ ਦੇਣਾ। ਜਦੋਂ ਆਪਣੀ ਪਹਿਲਾਂ ਵੀ ਗੱਲ ਹੋਈ ਸੀ, ਮੈਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਜਦੋਂ BC ਬੰਦਾ, ਜਰਨਲ ਬੰਦਾ, SC ਬੰਦਾ, DC ਦਾ ਪੁੱਤ, ਮੰਤਰੀ ਦਾ ਪੁੱਤ, ਰਾਸ਼ਟਰਪਤੀ ਦਾ ਪੁੱਤ ਸਰਕਾਰੀ ਸਕੂਲ 'ਚ ਬਹਿ ਕੇ ਇੱਕੋ ਥਾਂ ਇੱਕੋ ਕਲਾਸ 'ਚ ਪੜ੍ਹੀ ਜਾਂਦੇ, ਚੰਗੀ ਪੜ੍ਹਾਈ, ਮਾਸਟਰ ਦਾ ਬੱਚਾ ਜਿਹੜਾ ਪੜ੍ਹਾ ਰਿਹਾ ਉਹਦਾ ਬੱਚਾ ਵੀ ਉਸੇ ਕਲਾਸ 'ਚ ਦੇ ਵਿੱਚ ਪੜ੍ਹ ਰਿਹਾ, ਹੁਣ ਇੱਕੋ ਜਿਹੀ ਪੜ੍ਹਾਈ ਮਿਲ ਰਹੀ ਆ, ਕੱਲ੍ਹ ਨੂੰ ਬੱਚਾ ਕੋਈ ਇਹ ਨਹੀਂ ਕਹਿ ਸਕਦਾ ਵੀ ਮੇਰੇ 'ਚ ਧੋਖਾ ਹੋਇਆ। ਜਾ ਅਤੇ ਜਿਹੜੇ ਇੱਥੇ ਮੈਂ ਹੋਰ ਵੇਖਿਆ, ਇੱਥੇ ਟੀਚਰ ਹੀ ਕਈ ਜਾਤੀ ਵਿਤਕਰਾ ਕਰੀ ਜਾਂਦੇ, ਚੈਨਲਾਂ 'ਚ ਵੀ ਜਾਤੀ ਵਿਤਕਰਾ ਕਈ ਬੰਦੇ ਕਹਿ ਦਿੰਦੇ ਆ, ਕਈ ਬੰਦੇ ਕਹਿੰਦੇ ਸਾਡਾ ਇੱਥੋਂ ਪੁਲਿਸ ਡਿਪਾਰਟਮੈਂਟ ਵੀ ਜਾਤੀ ਵਿਤਕਰਾ ਕਈ ਥਾਵਾਂ 'ਤੇ, ਜਿਨ੍ਹਾਂ 'ਚ ਰਹਿ ਨਹੀਂ ਨਾ ਛੱਡਦੇ, ਖੁਦ ਬੰਦੇ ਮੈਨੂੰ ਫੋਨ ਕਰ ਦੱਸ ਦਿੰਦੇ ਆ। ਮੈਂ ਕਿਹਾ ਬਈ ਮੈਂ ਕੀ ਕਰ ਸਕਦਾ, ਤੁਸੀਂ ਇਹ ਚੀਜ਼ ਨੂੰ ਰੋਕੋ। ਜਿੰਨਾ ਚਿਰ ਸਕੂਲਾਂ ਦੇ ਵਿੱਚ ਮੈਂ ਨਾਂ ਨਹੀਂ ਲੈਂਦਾ ਟੀਚਰਾਂ ਦਾ, ਮੇਰੀਆਂ ਭੈਣਾਂ ਪੜ੍ਹ ਦੂੰ ਆ ਕੇ ਦੱਸ ਦੇਣਗੇ ਸਾਡਾ ਫਲਾਣਾ ਟੀਚਰ ਆ ਯੂ ਫਲਾਣਾ, ਇਹ ਸਾਨੂੰ ਚੀਜ਼ਾਂ ਲੈ ਕੇ ਬਹਿਣਗੀਆਂ। ਅੱਛਾ ਹੁਣ ਇੱਕ ਗੱਲ ਸੁਣੋ, ਤੁਸੀਂ ਮੈਂ ਮਾਫੀ ਚਾਹੁੰਦਾ, ਮੈਂ ਜਾਤ ਪੁੱਛ ਰਿਹਾ, ਤੁਸੀਂ ਕੀ ਜਾਤ ਦੇ ਹੋ? ਮਤਲਬ ਉਦਾਹਰਨ ਤੌਰ ਦੱਸ ਦਿਓ ਕੋਈ ਆਪਾਂ ਜਾਤ ਇਹ ਨਾ ਕਿ ਮੈਂ ਐਸੀ ਹਾਂ। ਹੁਣ ਆ ਸ਼ਮਸ਼ਾਨ ਘਾਟ 'ਚ ਖੜੇ ਆਪਾਂ, ਜਦੋਂ ਲੱਕੜਾਂ ਪੁੱਛਣਗੀਆਂ ਹਾਂ ਵੀ ਐਸੀ ਹੈ ਕਿ BC, ਮੈਂ ਤਾਂ ਅੱਗ ਲਾਊਂਗੀ, ਉਹ ਤਾਂ ਕਹਿੰਦੀ ਆ ਸਹੀ, ਤੂੰ ਰੱਖ ਤਾਂ ਸਹੀ, ਮੈਨੂੰ ਐਂ ਭਾਲੂ ਜੇ ਛੱਲੀ ਭੋਂਦੇ ਹੁੰਦੇ ਆ, ਹੈ ਨਾ ਕਿ ਨਹੀਂ? ਜੋ ਸਾਡੇ ਨਾਲ ਕੁਦਰਤ ਨਹੀਂ ਜਾਤੀ ਵਿਅਕਤਰਾ ਰੱਖ ਲਈ, ਜਿਹਨੇ ਜਨਮ ਹੁੰਦਾ ਹੈ, ਮੰਨ ਲਓ ਜੇ ਕਿਸੇ ਦਾ ਜਨਮ ਵੀ ਆਪਾਂ ਆਧਾਰਨ 'ਤੇ ਲੈ ਲਈਏ, ਹੈ ਨਾ, ਤੁਸੀਂ ਕਿਹਾ ਵੀ ਇਹ ਕਾਸਟ ਹੁੰਦੀ ਆ ਜਾਂ ਕਿੱਦਾਂ, ਹੁਣ ਜਦੋਂ ਬੰਦੇ ਦਾ ਜਨਮ ਹੁੰਦਾ ਜੀ, ਤਾਂ ਸਾਰਿਆਂ ਦਾ ਇੱਕੋ ਪੇਸ 'ਚ ਹੁੰਦਾ ਨਾ? ਬਿਲਕੁਲ, ਵੀ ਨੰਗੇ ਆਏ ਤਾਂ ਨੰਗੇ ਜਾਣਾ। ਬਿਲਕੁਲ ਜੀ, ਤਾਂ ਫਿਰ ਉਦੋਂ SC BC ਕਿੱਥੇ ਹੁੰਦਾ? ਉਹੀ ਤਾਂ ਰੌਲਾ ਬਾਈ ਜੀ, ਜਾਂ ਤਾਂ ਜਿਹੜਾ ਬੰਦਾ ਹੁਣ ਇਹ ਕਹਿੰਦਾ ਹੋਵੇ ਮੈਂ ਉੱਚੀ ਜਾਤ ਦਾ, ਉਹਨੂੰ ਮੈਂ ਕੋਈ ਕਹਿੰਦਾ ਹੋਵੇ ਮੈਂ ਨੀਵੀਂ ਜਾਤ ਦਾ, ਮੈਨੂੰ ਉੱਚੀ ਜਾਤ ਵਾਲਾ ਉਹ ਅਪੀਲ ਲਿਆ ਦੇਵੇ ਜਿਹੜੀ ਉਹਨੇ ਰੱਬ ਨੂੰ ਪਾਈ ਹੋਵੇ, ਸੇਵਾ ਵਿਖੇ ਵੱਡੇ ਪਰਮਾਤਮਾ ਜੀ ਮੈਂ ਫਲਾਨੀ ਜਾਤੀ ਵਿੱਚ ਜਨਮ ਲੈਣਾ ਚਾਹੁੰਦਾ, ਤੇ ਕਿਰਪਾ ਕਰਕੇ ਮੈਨੂੰ ਫਲਾਨੀ ਜਾਤੀ ਆਹ ਗੋਦ ਦੇ ਵਿੱਚ ਜਨਮ ਦਿੱਤਾ ਜਾਵੇ, ਮੈਂ ਕਿਹਾ ਮੈਨੂੰ ਵੀ ਲਿਆ ਦਿਓ, ਫਿਰ ਮੈਂ ਬਾਦ ਨਾਲ ਘਰੇ ਜਨਮ ਲੈ ਲੂੰਗਾ, ਇਹ ਗਲਤ ਆ, ਜਾਂ ਮੈਂ ਕੈਪਟਨ ਘਰੇ, ਫਿਰ ਮੈਂ ਵੀ ਐਡਾ ਕਰੂੰ, ਚਲੋ ਮੈਂ ਆਉਣ ਵਾਲਾ ਮੰਤਰੀ ਹਾਂ, ਫਿਰ ਮੈਂ ਵੀ ਐਂ ਕਹਿ ਦੂੰਗਾ, ਇਹ ਚਿੱਠੇ ਨਾਲ ਤਾਂ ਕੁਛ ਨਹੀਂ ਨਾ। ਬਿਲਕੁਲ ਗੱਲਾਂ ਭਾਈ ਸਾਹਿਬ, ਜਾਤ ਪਾਤ ਇਹ ਗੱਲ ਯਾਦ ਰੱਖ ਲਓ, ਜੇ 2 ਲੱਖ ਦੀ ਮੱਝ 100 ਰੁਪਏ ਦੇ ਸੰਗਲ ਨਾਲ ਵੱਧੀ ਜਾਂਦੀ ਆ, ਸੁਣ ਰਹੇ ਹੋ ਭਰਾ ਸਾਹਿਬ, ਜਿੰਨੇ ਬੰਦੇ ਇੱਥੋਂ ਵੇਖ ਰਹੇ ਆ, 2 ਲੱਖ ਦੀ ਮੱਝ, ਇੱਕ ਮੈਂ ਖਬਰ ਵੇਖੀ ਸੀ ਕਹਿੰਦੇ 7 ਕਰੋੜ ਦਾ ਝੋਟਾ ਵਿਕਿਆ, ਪਤਾ ਨਹੀਂ ਝੂਠੀ ਜਾਂ ਸੱਚੀ, ਬੜਾ ਰਾਜੀ ਸੀ ਉਹ ਸਾਨ, ਪਰ ਉਹਦੇ ਰੱਸਾ 200 ਰੁਪਏ ਵਾਲਾ ਹੀ ਪਾਇਆ ਸੀ। ਬਿਲਕੁਲ, ਜਿਹੜੀ ਤੁਹਾਡੀ, ਤੁਸੀਂ ਬਹੁਤ ਯੋਧੇ ਹੋਵੋਗੇ ਪਰ ਤੁਹਾਡੀ ਤੁਹਾਨੂੰ ਜਾਤ ਲੈ ਕੇ ਬਹਿ ਜਾਂਦੀ ਆ, ਤੁਹਾਨੂੰ ਕਹਿੰਦਾ ਤੂੰ ਯਾਰ ਆਹ ਜਾਤ ਦਾ ਹੈਗਾ, ਜਿੰਨਾ ਚਿਰ ਤੁਸੀਂ ਜਾਤ ਦੇ ਵਿੱਚ ਪਾਓਗੇ ਤੇ ਧਰਮ ਤੁਹਾਡਾ ਇੱਕ ਕਿੱਲਾ ਜਾ ਕੇ ਉੱਥੇ ਬੰਨ ਦਿੰਦੇ, ਤੁਸੀਂ ਇਹ ਇਨਸਾਨੀਅਤ ਦੀ ਜ਼ਿੰਦਗੀ ਜੀਓ। ਕੋਈ ਹਿੰਦੂ, ਮੁਸਲਿਮ, ਸਿੱਖ, ਇਸਾਈ, ਉਹਦੀ ਜ਼ਰੂਰਤ ਕੀ ਹੁਣ ਜਾ ਕੇ ਪੁੱਛੋ ਬਈ ਪਾਣੀ ਪੀਂਦਾ? ਜਾਂ ਦੱਸੋ ਹਿੰਦੂ ਆ ਜਿਹੜਾ ਉਹ ਪਾਣੀ ਪੀਂਦਾ ਨਾ ਕਿ ਸ਼ਰਬਤ ਪੀਂਦਾ ਉਹ ਪਾਣੀ ਦੀ ਥਾਂ ਤੇ? ਚਲੋ ਉਹ ਤਾਂ ਆਪਾਂ ਵੈਸੇ ਪੀ ਲੈਣੇ ਸ਼ੌਂਕ ਨਾਲ, ਜਿਹੜਾ ਸਿੱਖ ਬੰਦ ਉਹ ਵੀ ਪਾਣੀ ਪੀਂਦਾ? ਬਿਲਕੁਲ, ਪਾਣੀ ਤੋਂ ਬਿਨਾਂ ਜੀਵਨ ਹੀ ਨਹੀਂ ਹੈਗਾ, ਕੋਈ ਵੀ ਹੋਵੇ, ਇਨਸਾਨ ਹੋਵੇ। ਗਰਮੀ ਆ, ਹੁਣ ਗਰਮੀ ਆ, ਹੁਣ ਮੈਨੂੰ ਦੱਸ ਦੇਣ ਵੀ ਆ ਗਰਮੀ, ਜੇ ਹਿੰਦੂ ਨੂੰ ਨਾ ਲੱਗਦੀ ਹੋਵੇ, ਸਿੱਖ ਨੂੰ ਲੱਗਦੀ ਹੋਵੇ, SC BC ਜਰਨਲ ਨੂੰ ਨਾ ਲੱਗਦੀ ਹੋਵੇ, ਸਾਰਿਆਂ ਨੂੰ ਲੱਗੀ ਇਨਸਾਨ ਆ ਭਰਾ ਸਾਹਿਬ ਆਪਾਂ, ਸਾਰੇ ਇਨਸਾਨ ਨਹੀਂ ਹੈਗਾ, ਚਾਹੇ ਜੀਵ ਜੰਤੂ ਵੀ ਹੈਗਾ, ਉਹਨਾਂ ਨੂੰ ਪਿਆਸ ਲੱਗਦੀ ਹੈ। ਦੇਖੋ ਉਹ ਤਾਂ ਲੱਗਦੀ ਹੈ ਗੱਲ, ਉਹ ਤਾਂ ਆਪਣਾ ਫਰਜ਼ ਆ, ਉਹ ਜਿਹੜਾ ਕਈ ਕਹਿਣਗੇ ਗਾਂ ਨੂੰ ਪੱਠੇ ਪਾਦੇ ਪੁੰਨ ਲੱਗੂ, ਕਾਹਦਾ ਪੁੰਨ ਲੱਗੂਗਾ? ਆਹ ਪੰਛੀਆਂ ਨੂੰ ਆਹ ਚੀਜ਼ ਖੁਆ ਦੇ ਪੁੰਨ ਲੱਗੂ, ਕਾਹਦਾ ਪੁੰਨ? ਯਾਰ ਉਹਨਾਂ ਦੇ ਹੱਥ ਲੱਗੇ, ਦੱਸ ਉਹ ਆਪਾਂ ਨੂੰ ਪਰਮਾਤਮਾ ਨੇ ਬਣਾਇਆ, ਆਪਣੇ ਵਿੱਚ ਇਨਸਾਨੀਅਤ ਪੈਦਾ ਕੀਤੀ ਹੈ, ਤੁਸੀਂ ਉਹਨੂੰ ਪਾਲਣਾ ਆਪਣਾ ਫਰਜ਼ ਹੈ। ਹਾਂਜੀ, ਬਾਕੀ ਜੇਕਰ ਕੁਛ ਮੈਂ ਗਲਤ ਬੋਲਿਆ ਉਹਦੇ ਵਾਸਤੇ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜੀ, ਅੱਜ ਦੀ ਮੁਲਾਕਾਤ ਤੁਹਾਡੀ ਕਰਵਾਈ ਸੀ ਵਿਸ਼ਵਦੀਪ ਫਾਜ਼ਿਲਕੇ ਦੇ ਨਾਲ, ਕਿਉਂਕਿ ਹਮੇਸ਼ਾ ਹੀ ਉਹ ਸਰਕਾਰੀ ਜਿਹੜੇ ਮੁੱਦੇ ਨੇ ਜਾਂ ਸਰਕਾਰ ਨੂੰ ਲੈ ਕੇ ਕੋਈ ਵੀ ਆ, ਹਮੇਸ਼ਾ ਚਰਚਾ 'ਚ ਰਹਿੰਦੇ ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਵਿਵਾਦਕ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਮੁੱਦਾ ਹੋਵੇ, ਤਾਂ ਹਮੇਸ਼ਾ ਉਹਨਾਂ ਦੀਆਂ ਜਿਹੜੀਆਂ ਸੋਚ ਲਾ ਲਓ ਜਾਂ ਉਹਨਾਂ ਦੀ ਜਿਹੜੀ ਥਿੰਕਿੰਗ ਲਾ ਲਓ, ਉਹ ਹਮੇਸ਼ਾ ਅਲੱਗ ਰਹੀ ਹੈ ਆਮ ਲੋਕਾਂ ਦੇ ਨਾਲੋਂ। ਉਹਨਾਂ ਨੇ ਹਮੇਸ਼ਾ ਕਹਿ ਲਓ ਕਿ ਜਦੋਂ ਵੀ ਉਹਨਾਂ ਨੇ ਕੋਈ ਸਵਾਲ ਕੀਤਾ ਜਾਂ ਕੋਈ ਵੀ ਉਹਨਾਂ ਨੇ ਗੱਲਬਾਤ ਕੀਤੀ ਆ, ਤਾਂ ਉਹਨਾਂ ਨੇ ਇੱਕ ਲਹਿਦਾ ਤਰੀਕੇ ਦੇ ਨਾਲ ਕੀਤੀ ਆ, ਤਾਂ ਉਹ ਇੱਕ ਸ਼ੀਸ਼ੇ ਦੀ ਤਰ੍ਹਾਂ ਪੇਸ਼ ਕੀਤੀ, ਉਹ ਪੂਰਾ ਪ੍ਰੂਫ ਨਾਲ ਲੈ ਕੇ ਉਹਨਾਂ ਨੇ ਸਾਹਮਣੇ ਜੋ ਰੱਖਿਆ ਤਾਂ ਬਿਲਕੁਲ ਸੱਚ ਰੱਖਿਆ। ਤਾਂ ਅੱਜ ਦੀ ਗੱਲਬਾਤ ਇੱਥੇ ਖਤਮ।